ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਜੇ ਸੋ ਚੰਦਾ ਉਗਵਹੇ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੋਦਿਆ ਗੁਰ ਬਿਨ ਘੋਰ ਅੰਧਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਲੇਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੰਗਿਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀ ਆਹ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆਹ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀ ਆਹ ਸਾਧ ਜਨਾ ਤੇ ਬਾਹਰੀ ਸੇ ਰਹਿਣ ਕੇਲੜੀ ਆਹ ਤਿਨ ਦੁੱਖ ਨਾ ਕਬਹੂ ਉਤਰੈ ਜੇ ਜਮ ਕੈ ਵਸ ਪੜੀ ਆਹ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀ ਆਹ
ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜੀ ਆਹ ਨਾਨਕ ਵਾਂਛੈ ਧੂੜ ਤੈਨ ਪ੍ਰਭ ਸਰਣੀ ਦਰ ਪੜੀ ਆਹ ਮੰਗਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀ ਆਹ ਮੰਗਰ ਮਾਹੇ ਸੁਹੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਣਾਂ ਵਿੱਚ ਬੈਠ ਕੇ ਜੋ ਮੱਘਰ ਦੇ ਮਹੀਨੇ ਦੁਆਰਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਿਆਰ ਸਤਿਕਾਰ ਸਹਿਤ ਗੁਰੂ ਚਰਣਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਹਰ ਮਹੀਨੇ ਦੌਰਾਨ ਗੁਰੂ ਘਰ ਦੇ ਵਿੱਚ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ, ਸਤ ਸੰਗਤ ਜੀ, ਬਾਰਾਂ ਮਾਹ ਜੋ ਮਾਝ ਰਾਗ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ ਹੈ, ਹਰ ਇੱਕ ਮਹੀਨੇ ਦੌਰਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਇਸ ਉਪਦੇਸ਼ ਤੋਂ ਸੇਧ ਲੈ ਕਰਕੇ ਸੰਸਾਰ ਦੇ ਜੀਵ ਲੋਕ ਪਰਲੋਕ ਸੁਹੇਲਾ ਕਰ ਸਕਣ, ਐਵੇਂ ਕਿਤੇ ਅਨਮਤੀਆਂ ਦੀ ਖੋਟੀ ਸਿੱਖਿਆ ਨੂੰ ਧਾਰਨ ਕਰਕੇ ਦਰ ਦਰ 'ਤੇ ਠੋਕਰਾਂ ਨਾ ਖਾਂਦੇ ਫਿਰਨ। ਐਸਾ ਕਲਿਆਣਕਾਰੀ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ। ਜੋ ਵੀ ਕੋਈ ਪ੍ਰਾਣਾ ਧਾਰੀ ਜੀਵ ਮਹਾਰਾਜ ਸਾਹਿਬ ਜੀ ਦੀ ਫਲਾਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਲੈਂਦਾ ਹੈ, ਉਹ ਜੀਵ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਕੇ ਕਲਿਆਣਕਾਰੀ ਸਰੂਪ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ। ਐਸੀ ਪਰਮ ਉਪਦੇਸ਼ ਦੀ ਵਡਿਆਈ ਹੈ, ਜਦੋਂ ਤੱਕ ਇਹ ਜੀਵ ਸਤਿਗੁਰੂ ਜੀ ਦਾ ਉਪਦੇਸ਼ ਨਹੀਂ ਸਰਵਣ ਕਰਦਾ ਉਦੋਂ ਤੱਕ ਕਦੇ ਸਮਝ ਹੀ ਨਹੀਂ ਪੈਂਦੀ ਕਿ ਮੈਂ ਕਿਸ ਲਈ ਸੰਸਾਰ ਵਿੱਚ ਆਇਆ, ਮੈਨੂੰ ਕਰਨਾ ਕੀ ਚਾਹੀਦਾ, ਮੈਂ ਕਰ ਕੀ ਰਿਹਾ ਹਾਂ। ਜੀਵਨ ਯੁਗਤੀ ਦੀ ਦਾਤ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਜੀਵ ਨੂੰ ਪ੍ਰਾਪਤ ਹੋ ਸਕਦੀ ਹੈ। ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਇਹ ਪ੍ਰਾਣਾ ਧਾਰੀ ਜੀਵ
ਜੇ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਨੇੜੇ ਤੋਂ ਨੇੜੇ ਨਿਕਟਵਰਤੀ ਦੇਖਣਾ ਚਾਹੁੰਦਾ ਹੈ ਤਾਂ ਸਤਿਗੁਰੂ ਜੀ ਦਾ ਉਪਦੇਸ਼ ਸੁਣਿਆ ਕਰ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਤੈਨੂੰ ਸਮਝ ਪਵੇਗੀ ਕਿ ਪਰਮਾਤਮਾ ਮੇਰੇ ਹੱਥਾਂ ਪੈਰਾਂ ਇਹਨਾਂ ਇੰਦਰੀਆਂ ਤੋਂ ਵੀ ਨੇੜੇ ਵੱਸਦਾ। ਸਭ ਤੋਂ ਨਜ਼ਦੀਕ ਆਪਣਾ ਸਰੀਰ ਹੀ ਮੰਨਦਾ ਹੈ ਨਾ ਕਿ ਮੇਰਾ ਸਰੀਰ ਮੇਰੇ ਕੋਲ ਹੈ, ਪਰ ਸਰੀਰ ਨਾਲੋਂ ਵੀ ਵੱਧ ਕਰਕੇ ਨਜ਼ਦੀਕ ਪਰਮਾਤਮਾ ਦਾ ਸਰੂਪ ਤੇਰੇ ਕੋਲ ਵੱਸਦਾ। ਪਰ ਸਮਝ ਤਾਂ ਹੀ ਪਵੇਗੀ ਨਾ ਜੇ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰੇਗਾ, ਜੇ ਮਹਾਰਾਜ ਸਾਹਿਬ ਜੀ ਦਾ ਫਲ ਆਦੇਸ਼ ਸੁਣੇਗਾ ਤਾਂ ਹੀ ਜੀਵ ਨੂੰ ਸਮਝ ਪੈ ਸਕਦੀ ਹੈ। ਨਹੀਂ ਤਾਂ ਜੀਵ ਬੇਸਮਝ ਕਰਕੇ ਨਿਖੇਧ ਕਰਮਾਂ ਨੂੰ ਜਾਂ ਕਰਮ ਖਾਂਡਾਂ ਦੇ ਵਿੱਚ ਸੰਸਾਰ ਦੇ ਖਚਿਤ ਹੋ ਕਰਕੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਅਜ਼ਾਈਂ ਬਤੀਤ ਕਰ ਦਿੰਦਾ ਹੈ। ਹਜ਼ੂਰ ਨੇ ਉਚਾਰਨ ਕੀਤਾ, ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਪਰਮਾਤਮਾ ਨੂੰ ਆਪਣੇ ਨੇੜੇ ਦੇਖਣਾ ਕਰ। ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ। ਹੇ ਜੀਵ, ਮਹਾਰਾਜ ਜੀ ਦਾ ਉਪਦੇਸ਼ ਸਰਵਣ ਕਰਿਆ ਕਰ, ਤੈਨੂੰ ਸਮਝ ਪਵੇਗੀ ਕਿ ਕਿੱਦਾਂ ਦੇ ਕਰਮ ਕਰਨੇ ਚਾਹੀਦੇ ਹੈ। ਅਸਲ ਦੇ ਵਿੱਚ ਜੀਵ ਨੂੰ ਪਤਾ ਹੀ ਨਹੀਂ ਹੈ ਅਗਿਆਤ ਹੋਣੇ ਕਰਕੇ ਮੈਂ ਕਰਮ ਕਿਹੋ ਜਿਹੇ ਕਮਾਵਾਂ ਜਿਸ ਲਈ ਮੇਰੇ ਜੀਵਨ ਦੀ ਸਫਲਤਾ ਹੋ ਸਕੇ, ਲੋਕ ਪਰਲੋਕ ਸੁਹੇਲਾ ਹੋ ਜਾਵੇ। ਬੇਸਮਝ ਹੋਣੇ ਕਰਕੇ ਹੀ ਮਨੁੱਖ ਸੰਸਾਰ ਦੇ ਕਰਮ ਕਾਂਡਾਂ ਤੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਇਆ ਰਹਿੰਦਾ, ਜ਼ਿੰਦਗੀ ਭਰ ਸੰਸਾਰ ਦੇ ਅੰਦਰ ਨਿਖੇਧ ਕਰਮ ਹੀ ਕਰਦਾ ਰਹਿੰਦਾ ਬੇਸਮਝ ਹੋਣੇ ਕਰਕੇ। ਆਨੰਦ ਸਾਹਿਬ ਪਾਵਨ ਬਾਣੀ ਵਿੱਚ ਸਤਿਗੁਰੂ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲਿਆ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲਿਆ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਹੇ ਮੇਰੇ ਪਿਆਰੇ ਮਨਾ, ਤੂੰ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਤੈਨੂੰ ਸਮਝ ਪਵੇਗੀ ਕਿ ਕਿਹੋ ਜਿਹੇ ਜ਼ਿੰਦਗੀ ਵਿੱਚ ਕਰਮ ਕਰਨੇ ਹੈ ਤੇ ਕਿਹਨਾਂ ਨੂੰ ਕਰਮਾਂ ਨੂੰ ਨਹੀਂ ਕਰਨਾ, ਭਾਵ ਜੀਵਨ ਵਿੱਚ ਧਾਰਨ ਕੀ ਕਰਨਾ ਹੈ ਅਤੇ ਤਿਆਗ ਕੀ ਕਰਨਾ ਹੈ। ਜੇ ਧਾਰਨ ਕਰਨੇ ਦਾ ਉਪਦੇਸ਼ ਹੈ ਤੇ ਉੱਥੇ ਨਾਲ ਨਾਲ ਤਿਆਗ ਕਰਨੇ ਦਾ ਵੀ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਸਤਿਗੁਰੂ ਜੀ ਦੇ ਵਚਨ ਹਨ, ਜੇ ਮੰਗਣਾ ਹੈ ਤਾਂ ਪਰਮਾਤਮਾ ਦਾ ਜਸ ਮੰਗਿਆ ਕਰ, ਮੰਗਦਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਦਾ, ਇਹਦੇ ਨਾਲ ਤਿਆਗ ਵੀ ਦੱਸਿਆ, ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ। ਮਹਾਰਾਜ ਸਾਹਿਬ ਜੀ ਕਹਿੰਦੇ ਜਿੱਥੇ ਪਰਮੇਸ਼ਰ ਦੇ ਨਾਮ ਦੀ ਦਾਤ ਮੰਗਣੀ ਉੱਥੇ ਤਿਆਗ ਵੀ ਮੰਗ ਔਗਣਾ ਦਾ, ਜੇ ਤੇਰੇ ਅੰਦਰ ਵਿਕਾਰ ਪ੍ਰਬਲ ਬੈਠੇ ਹਨ ਉਹਨਾਂ ਦਾ ਤਿਆਗ ਕਰਨਾ ਵੀ ਮਹਾਰਾਜ ਸਾਹਿਬ ਜੀ ਤੋਂ ਮੰਗਿਆ ਕਰ। ਇੱਕ ਪਾਸੇ ਨਾਮ ਦੀ ਦਾਤ ਮੰਗ ਕੇ ਨਾਮ ਤਾਂ ਜਪਦਾ, ਪਰ ਔਗਣਾ ਨੂੰ ਆਪਣੇ ਹਿਰਦੇ ਵਿੱਚੋਂ ਕਦੇ ਵੀ ਤਿਆਗਦਾ ਨਹੀਂ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਚੰਗੇ ਕਰਮ ਕਰਦਾ ਹੋਇਆ ਵੀ ਉਹਨਾਂ ਦਾ ਪੂਰਾ ਲਾਭ ਨਹੀਂ ਖੱਟ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ,
ਹੇ ਜੀਵ ਸਤਿਗੁਰਾਂ ਦੇ ਉਪਦੇਸ਼ ਨੂੰ ਸਰਵਣ ਕਰਿਆ ਕਰ। ਮਹਾਰਾਜ ਸਾਹਿਬ ਜੀ ਦਾ ਫਲ ਆਦੇਸ਼ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਿਆ ਕਰ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਤੇਰੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਆਓ ਸਾਧ ਸੰਗਤ ਜੀ, ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਮਹਾਰਾਜ ਜੀ ਦਾ ਫਲ ਆਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਗਰ ਮਾਹੇ ਸੋਹੰਦੀਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਹਜੂਰ ਮੱਘਰ ਦੇ ਮਹੀਨੇ ਦੁਆਰਾ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਸ ਸ਼ਬਦ ਅੰਦਰ ਸਤਿਗੁਰੂ ਜੀ ਨੇ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦਿੱਤਾ ਹੈ ਕਿ ਅਕਾਲ ਪੁਰਖ ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਕੇਵਲ ਇੱਕ ਪੁਰਖ ਸਰੂਪ ਪਰਮੇਸ਼ਰ ਹੈ, ਬਾਕੀ ਸੰਸਾਰ ਦੇ ਸਭ ਜੀਵ ਰੂਪ ਸਖੀਆਂ ਹਨ। ਉਸ ਪਰਮੇਸ਼ਰ ਨੂੰ ਪਾਉਣ ਦੇ ਵਾਸਤੇ ਸੰਸਾਰ ਦੇ ਜੀਵ ਤਮਾਮ ਤਰ੍ਹਾਂ ਤਰ੍ਹਾਂ ਕਰਕੇ ਯਤਨ ਕਰਦੇ ਹਨ। ਕੋਈ ਕਿਸੇ ਤਰ੍ਹਾਂ ਦੇ ਸਾਧਨ ਕਰਦਾ ਹੈ, ਕੋਈ ਕਿਸੇ ਪ੍ਰਕਾਰ ਦੀ ਜ਼ਿੰਦਗੀ ਵੀ ਸਾਧਨ ਕਰਦਾ ਹੈ ਪਰਮੇਸ਼ਰ ਨੂੰ ਪਾਉਣ ਦੇ ਵਾਸਤੇ। ਅਤੇ ਸਾਧ ਸੰਗਤ ਜੀ, ਅਨੇਕਾਂ ਹੀ ਸੰਸਾਰ ਦੇ ਸਾਧਨ ਹਨ, ਅਨੇਕਾਂ ਹੀ ਸਾਧਨ ਕਰਨ ਦੇ ਢੰਗ ਤਰੀਕੇ ਹਨ, ਅਨੇਕਾਂ ਪ੍ਰਕਾਰ ਦੇ ਸੰਸਾਰ ਦੇ ਜੀਵ ਹਨ ਜਿਹੜੇ ਅਨੇਕਾਂ ਹੀ ਸਾਧਨਾਂ ਨੂੰ ਕਰ ਰਹੇ ਹੈ। ਪਰ ਹਜੂਰ ਕਹਿੰਦੀ ਸਫਲਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਜੋ ਪਰਮਾਤਮਾ ਦਾ ਸਿਮਰਨ ਕਰਦੇ ਹੈ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕਦੇ ਵੀ ਜੀਵ ਨੂੰ ਕਿਸੇ ਸਾਧਨ ਦੀ ਵੀ ਸਫਲਤਾ ਨਹੀਂ ਪ੍ਰਾਪਤ ਹੋਈ, ਨਾ ਕਦੇ ਹੋ ਸਕੇਗੀ। ਸਫਲਤਾ ਤਾਂ ਹੈ ਜੇ ਨਾਲ ਨਾਲ ਪਰਮੇਸ਼ਰ ਦਾ ਸਿਮਰਨ ਕਰਦਾ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦਾ ਹੈ। ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਕੋਈ ਵੀ ਸਾਧਨ ਜੀਵ ਦਾ ਸਫਲ ਨਹੀਂ ਹੋ ਸਕਦਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਮੰਗਰ ਮਾਹੇ ਸੋਹੰਦੀਆ। ਉਹ ਮਹਾਤਮਾ ਰੂਪ ਸਖੀਆਂ ਸੋਭਾ ਵਾਲੀਆਂ ਹਨ। ਹਜੂਰ ਕਹਿੰਦੇ ਉਹਨਾਂ ਦਾ ਜੀਵਨ ਬੜਾ ਹੀ ਸੁਚੱਜੇ ਢੰਗ ਦੇ ਨਾਲ ਜੋ ਨਿਰਵਾਹ ਕੀਤਾ ਹੋਇਆ, ਉਹਨਾਂ ਨੂੰ ਲੋਕ ਪਰਲੋਕ ਦੇ ਵੀ ਸੋਭਾ ਮਿਲਦੀ ਹੈ, ਐਸਾ ਉਹਨਾਂ ਦਾ ਸੋਭਨਿਕ ਜੀਵਨ ਹੈ। ਹਰ ਪਿਰ ਸੰਗ ਬੈਠੜੀਆ। ਜਿਹੜੀਆਂ ਮਹਾਤਮਾ ਰੂਪ ਸਖੀਆਂ ਪਰਮਾਤਮਾ ਦੇ ਸਾਥ ਬੈਠੀਆਂ ਹਨ, ਭਾਵ ਪਰਮੇਸ਼ਰ ਦੀ ਅਭੇਦਤਾ ਜਿਨ੍ਹਾਂ ਨੇ ਪ੍ਰਾਪਤ ਕਰ ਲਈ ਹੈ, ਜਾਂ ਸਰਲ ਜੇ ਅੱਖਰਾਂ ਵਿੱਚ ਇਉਂ ਕਹਿ ਲਈਏ, ਸਾਧ ਸੰਗਤ ਜੀ, ਜਿਨ੍ਹਾਂ ਨੂੰ ਪਰਮੇਸ਼ਰ ਪ੍ਰਾਪਤ ਹੋ ਗਿਆ, ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਕਰ ਲਈ ਹੈ। ਹਜੂਰ ਕਹਿੰਦੇ ਹਨ ਉਹ ਸੋਭਾ ਵਾਲੀਆਂ ਮਹਾਤਮਾ ਰੂਪ ਸਖੀਆਂ ਨੇ, ਉਹ ਗੁਰਮੁਖ ਜਨ ਬੜੇ ਸ਼ੋਭਨਿਕ ਜੀਵਨ ਵਾਲੇ ਹਨ ਜਿਨ੍ਹਾਂ ਨੂੰ ਪਰਮਾਤਮਾ ਮਿਲਿਆ ਹੈ ਅਤੇ ਸੰਸਾਰ ਵਿੱਚ ਆਇਆ ਹੋਇਆ ਉਸੇ ਜੀਵ ਦਾ ਸਫਲ ਗਿਣਿਆ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜਿਨ੍ਹਾਂ ਨੇ ਪ੍ਰੀਤ ਰੂਪ ਰਸਨਾ ਤੋਂ ਪਰਮੇਸ਼ਰ ਦਾ ਨਾਮ ਜਪ ਕੇ ਨਾਮੀ ਪਰਮਾਤਮਾ ਦੀ ਅਭੇਦਤਾ ਪਾ ਲਈ ਹੈ।
ਆਇਆ ਸਫਲ ਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਭਨੀਐ ਆਏ ਬਸਹਿ ਸਾਧੂ ਕੈ ਸੰਗੇ ਅਨਦਿਨ ਨਾਮ ਤੇ ਆਵਹਿ ਰੰਗੇ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੋ ਜੀਵ ਦਾ ਆਇਆ ਹੋਇਆ ਸੰਸਾਰ ਦੇ ਅੰਦਰ ਸਫਲਾ ਹੈ ਜਿਸ ਨੇ ਪਰਮਾਤਮਾ ਦਾ ਸਿਮਰਨ ਕਰ ਕਰਕੇ ਪਰਮਾਤਮਾ ਵਿੱਚ ਲੀਨ ਹੋ ਜਾਣਾ ਕੀਤਾ ਤੇ ਐਸੀਆਂ ਉਹ ਮਹਾਤਮਾ ਰੂਪ ਸਖੀਆਂ ਹਜ਼ੂਰ ਕਹਿੰਦੇ ਸੋਭਨੀਕ ਹਨ, ਉਹ ਸੋਭਾ ਵਾਲੀਆਂ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਪਰ ਸਤ ਸੰਗਤ ਜੀ, ਸਤਿਗੁਰੂ ਜੀ ਦਾ ਮੁੱਖ ਵਾਕ ਹੈ ਕਿ ਪਰਮਾਤਮਾ ਨੂੰ ਪਾਉਣ ਦੇ ਵਾਸਤੇ ਮਨੁੱਖ ਭਾਵੇਂ ਬਹੁਤ ਸੰਸਾਰ ਦੇ ਜੀਵ ਯਤਨ ਕਰਦੇ ਹੈ ਪਰ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਸਤਿਗੁਰੂ ਜੀ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਫਿਰ ਸਮਝ ਪੈਂਦੀ ਹੈ ਕਿ ਕਿਸ ਮਾਰਗ 'ਤੇ ਚੱਲ ਕੇ ਪਰਮਾਤਮਾ ਨੂੰ ਪਾਈਦਾ ਹੈ। ਪ੍ਰੇਮਾ ਭਗਤੀ ਦਾ ਮਾਰਗ ਉਹ ਆਪਣੇ ਜੀਵਨ ਦੇ ਵਿੱਚ ਧਾਰਨ ਕਰਦਾ, ਫਿਰ ਸੰਸਾਰ ਦੇ ਹੋਰ ਸਾਧਨਾ ਰੂਪੀ ਮਾਰਗਾਂ ਦਾ ਤਿਆਗ ਕਰ ਦਿੰਦਾ, ਕੇਵਲ ਪਰਮਾਤਮਾ ਦੇ ਚਰਨਾਂ ਦਾ ਪਿਆਰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਦਾ ਹੈ। ਨਹੀਂ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਹੋਰ ਤਮਾਮ ਸੰਸਾਰ ਦੇ ਜੀਵ ਹਨ ਜਿਨ੍ਹਾਂ ਨੇ ਆਪਣਾ ਆਲੋਕ ਤੇ ਗਵਾਇਆ ਪਰ ਲੋਕ ਵੀ ਆਪਣਾ ਅਜਾਈ ਗਵਾ ਲੈਣਾ ਕੀਤਾ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ। ਕਰਮ ਕਾਂਡਾਂ ਵਿੱਚ ਪੈ ਕੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕੇ ਆਪਣਾ ਲੋਕ ਪਰਲੋਕ ਉਹਨਾਂ ਨੇ ਅਜਾਈ ਬਤੀਤ ਕਰ ਦਿੱਤਾ, ਨਾ ਕੁਝ ਸੰਸਾਰ ਦੇ ਵਿੱਚ ਖੱਟਿਆ ਤੇ ਨਾ ਪਰਮਾਤਮਾ ਦੇ ਘਰ ਦੇ ਵਿੱਚ ਕੁਝ ਪ੍ਰਾਪਤੀ ਕਰ ਸਕੇ ਹੈ। ਹਜ਼ੂਰ ਨੇ ਉਚਾਰਨ ਕੀਤਾ, ਹੇ ਜੀਵ ਕਹ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਖ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਧ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਜ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਰਮਾਤਮਾ ਦੇ ਚਰਨਾਂ ਵਿੱਚ ਪਿਆਰ ਕੀਤਾ ਉਹਨਾਂ ਨੇ ਪਰਮਾਤਮਾ ਨੂੰ ਪਾਇਆ ਹੈ, ਨਹੀਂ ਤਾਂ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਏ ਸੰਸਾਰ ਦੇ ਜੀਵਾਂ ਨੇ ਲੋਕ ਪਰਲੋਕ ਆਪਣਾ ਅਜਾਈ ਬਤੀਤ ਕਰ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜ਼ੂਰ ਆਖ ਰਹੇ ਹਨ, ਮੰਗਿਰ ਮਾਹੇ ਸੋਹੰਦੀਆ ਹਰ ਪਿਰ ਸੰਗ ਬੈਠੜੀ ਆਹ। ਜਿਨ੍ਹਾਂ ਨੂੰ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਹੋ ਗਈ ਹੈ ਉਹ ਸੋਭਾ ਵਾਲੀਆਂ ਜੀਵ ਰੂਪ ਸਖੀਆਂ ਹਨ। ਸਤ ਸੰਗਤ ਜੀ, ਘਿਰ ਨਾਮ ਘਰ ਦਾ ਹੈ, ਮੰਗ ਨਾਮ ਵਿੱਚ ਦਾ ਹੈ। ਕਹਿੰਦੇ ਹਨ ਕਿ ਜਿਹੜਾ ਸਰੀਰ ਰੂਪੀ ਘਰ ਹੈ ਨਾ, ਇਹਦੇ ਅੰਦਰ ਭਾਵ ਹਿਰਦਾ ਜਿਹੜਾ ਹੈ, ਮਨ ਹੈ, ਜਿਸ ਨੇ ਇਕਾਗਰ ਹੋ ਜਾਣਾ ਕੀਤਾ, ਜਿਨ੍ਹਾਂ ਜੀਵ ਰੂਪ ਸਖੀਆਂ ਦਾ ਚਿੱਤ ਇਕਾਗਰ ਹੋ ਗਿਆ, ਹਿਰਦੇ ਰੂਪ ਘਰ ਦੇ ਵਿੱਚ ਚਿੱਤ ਟਿਕ ਜਾਣਾ ਕੀਤਾ, ਮਹਾਰਾਜ ਕਹਿੰਦੇ ਸੋਭਾ ਵਾਲੀਆਂ ਹਨ। ਕਿਉਂਕਿ ਸੰਸਾਰ ਦੇ ਅੰਦਰ ਜਿਹੜਾ ਮਨੁੱਖ ਉੱਚੇ ਰੁਤਬੇ ਦੀ ਪ੍ਰਾਪਤੀ ਕਰਦਾ ਮਾਣ ਉਸੇ ਨੂੰ ਪ੍ਰਾਪਤ ਹੁੰਦਾ। ਸਭ ਤੋਂ ਕਠਿਨ ਕਾਰਜ ਜਿਹੜਾ ਕੋਈ ਵੀ ਨਾ ਕਰ ਸਕਦਾ ਹੋਵੇ, ਉਹ ਕਰਨੇ ਦੇ ਯੋਗ ਕੋਈ ਵੀ ਨਾ ਹੋਵੇ ਸੰਸਾਰ ਭਰ ਵਿੱਚ, ਕੁੱਲ ਸੰਸਾਰ ਦੇ ਅੰਦਰ, ਤੇ ਜਿਹੜਾ ਮਨੁੱਖ ਉਹ ਕਠਿਨ ਕਾਰਜ ਨੂੰ ਕਰ ਦੇਵੇ ਉਹਨੂੰ ਬਹੁਤ ਜ਼ਿਆਦਾ ਮਾਣ ਤੇ ਸਤਿਕਾਰ ਮਿਲਦਾ ਹੈ। ਸਤ ਸੰਗਤ ਜੀ, ਮਨ ਨੂੰ ਇਕਾਗਰ ਕਰਨਾ ਇਹ ਕੋਈ ਛੋਟਾ ਕਾਰਜ ਨਹੀਂ ਹੈ।
ਬੜਾ ਕਠਨ ਬਹੁਤ ਦੁੱਤਰ ਹੈ। ਪਰਮਾਤਮਾ ਜਿਨ੍ਹਾਂ 'ਤੇ ਕਿਰਪਾ ਕਰਦਾ ਹੈ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਦਿੰਦਾ ਹੈ। ਗੁਰੂ ਕਿਰਪਾ ਦੁਆਰਾ ਜਿਨ੍ਹਾਂ ਦਾ ਮਨ ਮਸ ਵਿੱਚ ਹੋ ਜਾਂਦਾ ਹੈ ਉਹਨਾਂ ਨੂੰ ਲੋਕ ਪਰਲੋਕ ਦੇ ਵਿੱਚ ਮਾਣ ਅਤੇ ਸਤਿਕਾਰ ਮਿਲਦਾ ਹੈ। ਦੋਹਾਂ ਲੋਕਾਂ ਦੇ ਵਿੱਚ ਉਹਨਾਂ ਨੂੰ ਸਤ ਸੰਗਤ ਜੀ ਸਤਿਕਾਰ ਮਿਲਦਾ ਜਿਹੜਾ ਮਨ ਦੀ ਇਕਾਗਰਤਾ ਦਾ ਕਾਰਜ ਸਫਲ ਕਰ ਲੈਂਦੇ ਹਨ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਉਹ ਸੋਭਾ ਵਾਲੇ ਜੀਵ ਹਨ, ਉਹਨਾਂ ਦਾ ਜੀਵਨ ਬੜਾ ਹੀ ਉੱਚਾ ਸੁੱਚਾ ਹੈ ਜਿਨ੍ਹਾਂ ਨੇ ਗੁਰੂ ਕਿਰਪਾ ਦੁਆਰਾ ਆਪਣੇ ਮਨ ਨੂੰ ਚਿੱਤ ਬਿਰਤੀ ਨੂੰ ਇਕਾਗਰ ਕਰ ਲਿਆ ਹੈ। ਤਿਨ ਕੀ ਸੋਭਾ ਕਿਆ ਗਣੀ। ਫਿਰ ਸਿੱਖ ਬੇਨਤੀ ਕਰਕੇ ਪੁੱਛਦੇ ਨੇ ਮਹਾਰਾਜ ਉਹਨਾਂ ਦੀ ਸੋਭਾ ਕਿੰਨੀ ਕੁ ਵੱਡੀ ਹੋ ਜਾਂਦੀ ਹੈ ਜਿਨ੍ਹਾਂ ਨੂੰ ਪਰਮਾਤਮਾ ਮਿਲ ਜਾਂਦਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਤਿੰਨ ਕੀ ਸੋਭਾ ਕਿਆ ਗਣੀ। ਐ ਗੁਰਸਿੱਖੋ, ਉਹਨਾਂ ਦੀ ਸੋਭਾ ਕਿੰਨੀ ਕੁ ਗਿਣੀ ਜਾ ਸਕਦੀ ਹੈ, ਭਾਵ ਕਿੰਨੀ ਕੁ ਜ਼ਿਆਦਾ ਕੋਈ ਕਥਨ ਕਰ ਸਕਦਾ ਹੈ, ਕਹਿਣੇ ਕਥਨੇ ਤੋਂ ਬਾਹਰ ਹੋ ਜਾਂਦੀ ਹੈ। ਜੇ ਸਾਹਿਬ ਮੇਲੜੀ ਆਹ, ਜਿਨ੍ਹਾਂ ਨੂੰ ਪਰਮਾਤਮਾ ਆਪਣੇ ਸਰੂਪ ਦੇ ਵਿੱਚ ਮਿਲਾਉਣ ਵਾਲਾ ਹੋ ਜਾਂਦਾ ਹੈ, ਆਪਣੇ ਵਿੱਚ ਅਭੇਦ ਕਰ ਲੈਂਦਾ ਹੈ, ਉਹਨਾਂ ਦੀ ਸੋਭਾ ਕਥਨ ਕੀਤੀ ਹੀ ਨਹੀਂ ਜਾ ਸਕਦੀ। ਸਾਧ ਸੰਗਤ ਜੀ, ਜਿਵੇਂ ਸਮੁੰਦਰ ਦੇ ਵਿੱਚ ਨਿੱਕੀ ਜਿਹੀ ਬੂੰਦ ਪਾਣੀ ਦੀ ਬੂੰਦ ਜਦੋਂ ਅਭੇਦ ਹੋ ਜਾਂਦੀ ਹੈ ਨਾ, ਸਮੁੰਦਰ ਅਖਵਾਉਣ ਦਾ ਹੀ ਮਾਣ ਪ੍ਰਾਪਤ ਕਰਦੀ ਹੈ, ਉਹਨੂੰ ਫਿਰ ਬੂੰਦ ਨਹੀਂ ਕਿਹਾ ਜਾਂਦਾ, ਸਮੁੰਦਰ ਦਾ ਹੀ ਰੂਪ ਹੋ ਜਾਂਦੀ ਹੈ। ਇਸੇ ਪ੍ਰਕਾਰ ਪਰਮਾਤਮਾ ਦੇ ਪਿਆਰੇ ਸਤਪੁਰਸ਼ ਮਹਾਤਮਾ ਜਨ ਭਗਤ ਜਨ ਜਦੋਂ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਹੈ ਨਾ, ਫਿਰ ਪਰਮਾਤਮਾ ਦਾ ਹੀ ਸਰੂਪ ਬਣ ਜਾਂਦੇ ਹੈ। ਤੇ ਜੇ ਪਰਮੇਸ਼ਰ ਦੇ ਗੁਣਾਂ ਦਾ ਕੋਈ ਅੰਤ ਨਹੀਂ, ਪਰਮਾਤਮਾ ਦੇ ਸਰੂਪ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਤੇ ਸਾਧ ਸੰਗਤ ਜੀ, ਪਰਮਾਤਮਾ ਦਾ ਰੂਪ ਹੋਏ ਹੋਏ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੀ ਸੋਭਾ ਦਾ ਕਿਵੇਂ ਕੋਈ ਅੰਤ ਪਾ ਸਕਦਾ ਹੈ। ਐਸੀ ਮਹਾਰਾਜ ਕਹਿੰਦੇ ਉਹਨਾਂ ਦੀ ਕਹਿਣੀ ਕਥਨੇ ਤੋਂ ਬਾਹਰ ਸੋਭਾ ਹੋ ਜਾਂਦੀ ਹੈ। ਉਹ ਸਭ ਤੇ ਉੱਚਾ, ਸਭ ਤੇ ਸੁੱਚਾ, ਜਾ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਵਸ ਜਾਂਦਾ ਹੈ ਉਹ ਸੰਸਾਰ ਭਰ ਦੇ ਕੁੱਲ ਜੀਵਾਂ ਤੋਂ ਉੱਚੇ ਤੇ ਸੁੱਚੇ ਬਣ ਜਾਂਦੇ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ, ਮਹਾਰਾਜ ਕਹਿੰਦੇ ਉਹਨਾਂ ਦੀ ਸੋਭਾ ਕਥਨ ਕੀਤੀ ਨਹੀਂ ਜਾ ਸਕਦੀ। ਫਿਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਕੋ ਰਾਜੇ ਮਹਾਰਾਜੇ ਲੋਕ ਹਨ, ਚੱਕਰਵਰਤੀ ਬਾਦਸ਼ਾਹ ਹਨ, ਉਹਨਾਂ ਦੇ ਤਰ੍ਹਾਂ ਹੋਇਆ ਕਰੇਗਾ ਉਹਨਾਂ ਦੇ ਹਿਰਦੇ ਦਾ ਸੁੱਖ, ਜਿਵੇਂ ਬੜੇ ਉਹਨਾਂ ਨੂੰ ਸੰਸਾਰ ਦੇ ਸੁੱਖ ਮਿਲਦੇ ਹੈ। ਪਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਜੋ ਸੁੱਖ ਪਰਮਾਤਮਾ ਦੀ ਬੰਦਗੀ ਰੂਪ ਸੇਵਾ ਕਰਕੇ ਗੁਰਮੁਖਾਂ ਨੂੰ ਮਿਲਦਾ ਹੈ, ਮਹਾਰਾਜ ਕਹਿੰਦੇ ਉਹ ਸੰਸਾਰ ਦੇ ਚੱਕਰਵਰਤੀ ਰਾਜੇ ਮਹਾਰਾਜੇ ਬਾਦਸ਼ਾਹਾਂ ਨੂੰ ਕਦਾ ਚਿੱਤ ਵੀ ਨਹੀਂ ਮਿਲ ਸਕਦਾ। ਫਿਰ ਮਹਾਰਾਜ ਦੈਵੀ ਸ਼ਕਤੀਆਂ ਵਰਗਾ ਉਹਨਾਂ ਨੂੰ ਸੁੱਖ ਮਿਲਿਆ ਹੋਵੇਗਾ, ਇੰਨੀ ਕੁ ਸੋਭਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੋਵੇਗੀ। ਜਿਵੇਂ ਮਹਾਰਾਜ ਇੰਦਰ ਦੇਵਤਾ ਹੈ, ਇਸੇ ਪ੍ਰਕਾਰ ਬ੍ਰਹਮਾ ਹੈ, ਸ਼ਿਵ ਜੀ ਹੈ, ਵਿਸ਼ਨੂੰ ਜੀ ਹੈ, ਇਹਨਾਂ ਦੈਵੀ ਸ਼ਕਤੀਆਂ ਨੂੰ ਲੋਕ ਬੜਾ ਮਹਾਰਾਜ ਯਾਦ ਕਰਦੇ ਹੈ, ਬੜਾ ਮਾਣ ਅਤੇ ਸਤਿਕਾਰ ਮਿਲਦਾ ਹੈ, ਇੰਨੀ ਕੁ ਉਹਨਾਂ ਦੀ ਸੋਭਾ ਹੋਵੇਗੀ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਉਹਨਾਂ ਦੀ ਸੋਭਾ ਇਹ ਸੰਸਾਰ ਤੋਂ ਬੇਦਾਗ ਹੈ, ਲੋਕ ਪਰਲੋਕ ਦੇ ਵੀ ਸੱਚੀ ਸੋਭਾ ਹੁੰਦੀ ਹੈ।
ਇਹਨਾਂ ਦੈਵੀ ਸ਼ਕਤੀਆਂ ਨੇ ਵੀ ਵਾਸ਼ਨਾ ਦੇ ਬੱਝੇ ਹੋਏ ਆਪਣੀ ਜ਼ਿੰਦਗੀ ਵਿੱਚ ਕਲੰਕ ਲਗਾ ਲੈਣਾ ਕੀਤੇ ਹੈ, ਪਰ ਉਹਨਾਂ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੀ ਸੋਭਾ ਨਿਹ ਕਲੰਕ ਹੈ, ਕਿਸੇ ਪ੍ਰਕਾਰ ਦਾ ਦਾਗ ਨਹੀਂ, ਬੇਦਾਗ ਤੇ ਉੱਚਾ ਸੁੱਚਾ ਉਹਨਾਂ ਦਾ ਜੀਵਨ ਹੋਇਆ ਕਰਦਾ। ਇਸ ਕਰਕੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆ। ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਪਣੇ ਵਿੱਚ ਅਭੇਦ ਕਰ ਲਿਆ ਹੈ, ਉਹਨਾਂ ਦੀ ਕਿੰਨੀ ਕੁ ਸੋਭਾ ਕਥਨ ਕਰੀਏ। ਇਹ ਗੁਰਸਿੱਖੋ ਕਹਿਣੀ ਕਥਨੇ ਤੋਂ ਬਾਹਰ ਹੈ। ਤਨ ਮਨ ਮੌਲਿਆ ਰਾਮ ਸਿਓ। ਮਹਾਰਾਜ ਫਿਰ ਉਹਨਾਂ ਦਾ ਜੀਵਨ ਦਾ ਕੋਈ ਲੱਛਣ ਦੱਸੋ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਵਿੱਚ ਅਭੇਦ ਕਰ ਲਿਆ ਹੈ ਤੇ ਸੋਭਾ ਉਹਨਾਂ ਦੀ ਕਹਿਣੀ ਕਥਨੇ ਤੋਂ ਬਾਹਰ ਹੈ। ਬੇਅੰਤ ਉਹਨਾਂ ਦੀ ਸੋਭਾ ਹੈ। ਸਤਿਗੁਰੂ ਜੀ ਕਹਿੰਦੇ, ਤਨ ਮਨ ਮੌਲਿਆ ਰਾਮ ਸਿਓ। ਉਹਨਾਂ ਦਾ ਤਨ ਵੀ ਮਨ ਵੀ ਪਰਮਾਤਮਾ ਦੇ ਸਰੂਪ ਦੇ ਨਾਲ ਪ੍ਰਫੁੱਲਿਤ ਹੋਇਆ ਰਹਿੰਦਾ ਹੈ। ਤਨ ਕਰਕੇ ਉਹ ਸੰਗਤ ਦੀ ਸੇਵਾ ਕਰਦੇ ਨੇ, ਮਨ ਕਰਕੇ ਪਰਮਾਤਮਾ ਦਾ ਸਿਮਰਨ ਕਰਦੇ ਹੈ। ਇਸ ਕਰਕੇ ਉਹਨਾਂ ਦਾ ਤਨ ਅਤੇ ਮਨ ਸਦਾ ਹੀ ਪ੍ਰਫੁੱਲਿਤ ਹੋਇਆ ਰਹਿੰਦਾ। ਮਨ ਵੀ ਉਹਨਾਂ ਦਾ ਸਾਧ ਸੰਗਤ ਜੀ ਕਮਲ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ, ਸਦਾ ਇੱਕ ਰਸ ਆਨੰਦ ਵਿੱਚ ਰਹਿੰਦਾ। ਤੇ ਤਨ ਕਰਕੇ ਵੀ ਸਾਧ ਸੰਗਤ ਜੀ ਮਸਤਕ ਦਾ ਦਗਦਾ ਹੋਇਆ ਨੂਰ ਉਹਨਾਂ ਗੁਰਮੁਖਾਂ ਦਾ ਸਦਾ ਹੀ ਪ੍ਰਤਾਪ ਰਹਿੰਦਾ। ਐਸਾ ਮਹਾਰਾਜ ਕਹਿੰਦੇ, ਤਨ ਤੇ ਮਨ ਉਹਨਾਂ ਗੁਰਮੁਖਾਂ ਦਾ ਪ੍ਰਫੁੱਲਿਤ ਹੋਇਆ ਰਹਿੰਦਾ ਹੈ। ਜਿਨ੍ਹਾਂ ਨੇ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕੇ, ਭਾਵ ਜਿਨ੍ਹਾਂ ਨੇ ਸਹੇਲੜੀਆਂ ਆਪਣੀਆਂ ਸਾਧ ਸੰਗਤ ਵਿੱਚ ਆ ਕਰਕੇ ਬਣਾਉਣਾ ਕੀਤੀਆਂ ਨੇ, ਐਸੀਆਂ ਮਹਾਤਮਾ ਰੂਪ ਸਖੀਆਂ ਸਦਾ ਹੀ ਮਹਾਰਾਜ ਕਹਿੰਦੇ ਤਨ ਮਨ ਕਰਕੇ ਪ੍ਰਫੁੱਲਿਤ ਹੋਈਆਂ ਰਹਿੰਦੀਆਂ ਨੇ। ਸੰਗ ਸਾਧ ਸਹੇਲੜੀ ਆਹ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਆ ਕਰਕੇ ਪਿਆਰ ਕੀਤਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਲਾਇਆ, ਐਸੀਆਂ ਮਹਾਤਮਾ ਰੂਪ ਸਖੀਆਂ ਸਦਾ ਹੀ ਸੋਭਾ ਵਾਲੀਆਂ ਹਨ। ਗਰੀਬ ਨਵਾਜ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਨੇ ਉਚਾਰਨ ਕੀਤਾ, ਕਹਿੰਦੇ ਹਨ, ਇਹ ਗੁਰਸਿੱਖੋ, ਐਸੀ ਸਾਧ ਸੰਗਤ ਦੀ ਪਰਮ ਤੇ ਮਹਾਨ ਵਡਿਆਈ ਹੈ, ਜਿਸ ਹਿਰਦੇ ਅੰਦਰ ਪਰਮਾਤਮਾ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ ਉਹ ਫਿਰ ਕਦੇ ਵੀ ਪਰਮਾਤਮਾ ਦਾ ਨਾਮ ਵਿਸਾਰਦਾ ਨਹੀਂ ਹੈ। ਜਿਸ ਹਿਰਦੇ ਅੰਦਰ ਪਰਮਾਤਮਾ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ, ਕਿੰਨਾ ਕੁ ਆਨੰਦ ਹਿਰਦੇ ਅੰਦਰ ਪ੍ਰਾਪਤ ਹੁੰਦਾ ਹੈ, ਉਸ ਨੂੰ ਕਥਨ ਹੀ ਨਹੀਂ ਕੀਤਾ ਜਾ ਸਕਦਾ। ਨਾ ਕਲਮ ਦੇ ਨਾਲ, ਨਾ ਰਸਨਾ ਦੇ ਨਾਲ ਬੋਲ ਕਰਕੇ ਦੱਸਿਆ ਜਾ ਸਕਦਾ ਪਰਮਾਤਮਾ ਨੇ ਕਿੰਨਾ ਵੱਡਾ ਆਨੰਦ ਉਹਨਾਂ ਦੇ ਹਿਰਦੇ ਅੰਦਰ ਬਖਸ਼ਿਆ। ਔਰ ਹਜ਼ੂਰ ਬਖਸ਼ਿਸ਼ ਕਰਦੇ ਐ ਗੁਰਸਿੱਖੋ, ਤਨ ਮਨ ਮੌਲਿਆ ਰਾਮ ਸਿਓ, ਸੰਗ ਸਾਧ ਸਹੇਲੜੀ ਆਹ। ਤੇ ਪਿਆਰ ਦੇ ਵਿੱਚ ਭੇਜੇ ਹੋਏ ਸਾਧ ਸੰਗਤ ਜੀ, ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ, ਤਨ ਕਰਕੇ ਵੀ ਕਦੇ ਉਹਨਾਂ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ, ਕਿਉਂਕਿ ਜਦੋਂ ਪ੍ਰੇਮ ਦੀ ਸਹਿਤ ਹੋ ਕੇ ਪਿਆਰ ਵਿੱਚ ਭੇਜ ਕੇ ਕੋਈ ਸੇਵਾ ਕਰਦਾ ਹੈ, ਆਪਣੇ ਸਰੀਰ ਦੀ ਵੀ ਸੁੱਧ ਬੁੱਧ ਵਿਸਰ ਜਾਂਦੀ ਹੈ। ਸਾਧ ਸੰਗਤ ਜੀ ਸਰੀਰ ਤੋਂ ਪਰੇ ਹੋ ਕਰਕੇ ਪਿਆਰ ਵਿੱਚ ਭੇਜ ਕੇ ਸੇਵਾ ਕਰਦਾ, ਤੇ ਨਹੀਂ ਤਾਂ ਥੋੜਾ ਕੁ ਸਮਾਂ ਵੀ ਕੋਈ ਸੇਵਾ ਕਰੇ ਤੇ ਥਕਾਵਟ ਮਹਿਸੂਸ ਹੋਣ ਲੱਗ ਪੈਂਦੀ, ਜੀ ਸਰੀਰ ਥੱਕ ਗਿਆ, ਮੇਰਾ ਸਰੀਰ ਥੱਕ ਗਿਆ ਹੈ। ਪਰ ਜੋ ਗੁਰਮੁਖ ਪਿਆਰੇ ਇਹ ਸਰੀਰ ਤੋਂ ਪਰੇ ਹੋ ਕਰਕੇ ਆਪਾ ਭਾਵ ਅਭਾਵ ਕਰਕੇ ਪਿਆਰ ਵਿੱਚ ਭੇਜ ਕੇ ਪਰਮਾਤਮਾ ਦੀ ਸੇਵਾ ਕਰਦੇ ਹੈ,
ਉਹ ਸਾਧ ਸੰਗਤ ਜੀ ਕਦੇ ਉਹਨਾਂ ਨੂੰ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ, ਪਤਾ ਹੀ ਨਹੀਂ ਚੱਲਦਾ। ਇੰਨਾ ਚਾਅ ਹੁੰਦਾ ਉਹਨਾਂ ਦੇ ਮਨ ਵਿੱਚ, ਇੰਨਾ ਪਿਆਰ ਹੁੰਦਾ ਉਹਨਾਂ ਦੇ ਹਿਰਦੇ ਅੰਦਰ, ਇੰਨੇ ਉਤਸ਼ਾਹ ਦੇ ਸਹਿਤ ਹੋ ਕੇ ਸੇਵਾ ਕਰਦੇ ਹੈ ਕਿ ਮਹਾਰਾਜ ਕਹਿੰਦੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿੰਨਾ ਲੰਬੇਰਾ ਸਮਾਂ ਹੋ ਗਿਆ, ਲੰਬਾ ਸਮਾਂ ਸੇਵਾ ਤੇ ਸਿਮਰਨ ਕਰਦੇ ਰਹਿੰਦੇ ਹਨ। ਇਸ ਲਈ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਇਹ ਪ੍ਰਾਣਾ ਧਾਰੀ ਜੀਵ ਜੇ ਆਪਣੇ ਤਨ ਨੂੰ ਮਨ ਨੂੰ ਪ੍ਰਫੁੱਲਿਤ ਕਰਨਾ ਚਾਹੁੰਦਾ ਹੈ ਤਾਂ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਨੂੰ ਪਿਆਰ ਵਿੱਚ ਭਿੱਜ ਕੇ ਚੇਤੇ ਕਰਨਾ ਕਰ। ਸਾਧ ਜਨਾ ਤੇ ਬਾਹਰੀ ਤੇ ਜਿਹੜੀਆਂ ਸੰਸਾਰ ਦੀਆਂ ਮਨਮੁਖ ਜੀਵ ਰੂਪ ਸਖੀਆਂ ਹਨ, ਜਿਨ੍ਹਾਂ ਨੇ ਕਦੇ ਸਾਧੂ ਜਨਾਂ ਦੀ ਸੰਗਤ ਹੀ ਨਹੀਂ ਕੀਤੀ, ਬਾਹਰੀ ਆ ਭਾਵ ਕਿ ਉਹ ਬਾਹਰ ਹੀ ਰਹੇ ਹੈ, ਕਦੇ ਵੀ ਗੁਰੂ ਕੀ ਸੰਗਤ ਵਿੱਚ ਆ ਕਰਕੇ ਜਿਹੜੇ ਜੀਵ ਨਹੀਂ ਜੁੜੇ, ਰਹਿਣਾ ਕੇ ਲੜਿਆ, ਉਹਨਾਂ ਨੂੰ ਇਕੱਲਿਆਂ ਹੀ ਰਹਿਣਾ ਪੈਂਦਾ ਹੈ। ਸਾਧ ਸੰਗਤ ਜੀ ਕੇਲ ਨਾਮ ਸੁੱਖ ਦਾ ਹੈ, ਆਨੰਦ ਦਾ ਹੈ, ਤੇ ਇਕੇਲ ਨਾਮ ਦੁੱਖਾਂ ਦਾ ਹੈ। ਉਹਨਾਂ ਜੀਵਾਂ ਨੂੰ ਵਾਰ ਵਾਰ ਜੰਮਣ ਮਰਨ ਦੇ ਦੁੱਖ ਲੱਗੇ ਰਹਿੰਦੇ ਹਨ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਜਸ ਨਹੀਂ ਗਾਇਆ, ਨਾ ਕਦੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕੀਤਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਕਿ ਸੇ ਰਹਿਣ ਇਕੇਲੜੀ ਆਹ, ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇਕੇਲੜੀ ਆਹ, ਜਿਨ੍ਹਾਂ ਨੇ ਕਦੇ ਵੀ ਗੁਰੂ ਕੀ ਸੰਗਤ ਨਹੀਂ ਕੀਤੀ। ਤੇ ਮਹਾਰਾਜ ਸਾਹਿਬ ਜੀ ਨੇ ਉਹਨਾਂ ਦੀ ਜ਼ਿੰਦਗੀ ਨੂੰ ਕਿੰਨੀਆਂ ਲਾਹਣਤਾਂ ਪਾਈਆਂ, ਫਿਟਕਾਰਾਂ ਪਾਈਆਂ ਨੇ, ਜੋ ਮਹਾਰਾਜ ਜੀ ਦੀ ਪਿਆਰੀ ਸਤਸੰਗਤ ਵਿੱਚ ਆ ਕੇ ਜੁੜਦੇ ਨਹੀਂ ਹੈ। ਗਰੀਬ ਨਿਵਾਜ ਸਤਿਗੁਰੂ ਜੀ ਦੀ ਸਿਮੁਖ ਵਾਕ ਪੜ੍ਹਦੇ ਹਾਂ, ਕਹਿੰਦੇ ਉਹਨਾਂ ਦੇ ਜੀਵਨ ਨੂੰ ਧ੍ਰਿਗਾਕਾਰ ਹੈ, ਜਿੰਨੀ ਜ਼ਿੰਦਗੀ ਲੰਘ ਗਈ ਹੈ ਉਹਨੂੰ ਵੀ ਧ੍ਰਿਗਾਕਾਰ ਫਿਟਕਾਰਾਂ ਨੇ, ਤੇ ਜਿਹੜੇ ਆਉਣ ਵਾਲੇ ਸਮੇਂ ਦੀ ਆਸ ਲਗਾਈ ਬੈਠੇ ਕਿ ਆਉਣ ਵਾਲੇ ਸਮੇਂ ਵਿੱਚ ਇੰਨੀ ਜ਼ਿੰਦਗੀ ਅਸੀਂ ਅਜੇ ਜਿਉਣੀ ਹੈ, ਮਹਾਰਾਜ ਕਹਿੰਦੇ ਉਹ ਲਾਈ ਹੋਈ ਆਸ ਨੂੰ ਵੀ ਫਿਟਕਾਰਾਂ ਨੇ, ਜੋ ਗੁਰੂ ਕੀ ਸੰਗਤ ਵਿੱਚ ਆ ਕੇ ਜੁੜਦੇ ਨਹੀਂ ਹਨ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਉਹਨਾਂ ਦੇ ਜੀਵਨ ਨੂੰ ਤ੍ਰਿਗਾਕਾਰ ਹੈ। ਤੇ ਮਹਾਰਾਜ ਕਹਿੰਦੇ ਸੇ ਰਹਿਣ ਇਕੇਲੜੀ ਆਹ, ਉਹਨਾਂ ਨੂੰ ਪਰਮਾਤਮਾ ਤੋਂ ਬਿਨਾਂ ਇਕੱਲਿਆਂ ਹੀ ਸੰਸਾਰ ਰੂਪੀ ਉਜਾੜ ਦੇ ਵਿੱਚ ਭਟਕਣਾ ਪੈਂਦਾ, ਦਰ ਦਰ ਤੇ ਕਦੇ ਕਿਸੇ ਜੂਨ ਦੇ ਵਿੱਚ ਜਨਮ ਧਾਰਨ ਕਰਕੇ ਭਟਕਣਾ ਪੈਂਦਾ, ਕਦੇ ਕਿਸੇ ਜੂਨ ਦੇ ਵੀ ਜਨਮ ਧਾਰਨ ਕਰਕੇ ਵਾਰ ਵਾਰ ਦਰ ਦਰ ਤੇ ਠੋਕਰਾਂ ਖਾਣੀਆਂ ਪੈਂਦੀਆਂ ਨੇ, ਜੋ ਮਹਾਰਾਜ ਜੀ ਦੀ ਪਿਆਰੀ ਸਤਸੰਗਤ ਨਹੀਂ ਕਰਦੇ। ਕਿਉਂਕਿ ਸਤਸੰਗਤ ਮਿਲੇ ਸੋ ਤਰਿਆ, ਜਿਹੜਾ ਜੀਵ ਗੁਰੂ ਕੀ ਸੰਗਤ ਵਿੱਚ ਮਿਲਦਾ ਹੈ ਉਹ ਸੁਤੇ ਸਿੱਧ ਹੀ ਭਵ ਸਾਗਰ ਤੋਂ ਤਰ ਜਾਂਦਾ ਹੈ, ਬਹੁਤਾ ਯਤਨ ਨਹੀਂ ਕਰਨਾ ਪੈਂਦਾ। ਸਾਧਕੈ ਸੰਗ ਨਹੀਂ ਕਛ ਘਾਲ, ਮਹਾਰਾਜ ਕਹਿੰਦੇ ਬਹੁਤੀ ਘਾਲਣਾ ਵੀ ਨਹੀਂ ਘਾਲਣੀ ਪੈਂਦੀ ਜੇ ਸਾਧ ਸੰਗਤ ਕਰਦਾ, ਜੇ ਪਿਆਰ ਵਿੱਚ ਭੇਜ ਕਰਕੇ ਮਹਾਰਾਜ ਜੀ ਦੀ ਪਿਆਰੀ ਸਤਸੰਗਤ ਵਿੱਚ ਜੁੜਦਾ ਹੈ ਫਿਰ ਜ਼ਿੰਦਗੀ ਵਿੱਚ ਬਹੁਤੀ ਮੁਸ਼ਕਤ ਨਹੀਂ ਘਾਲਣੀ ਪੈਂਦੀ, ਥੋੜ੍ਹੀ ਬੰਦਗੀ ਕਰਕੇ ਹੀ ਜੀਵ ਦੀ ਸਫਲਤਾ ਹੋ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਪਰ ਜਿਹੜੇ ਮਨਮੁਖ ਸਾਖਤ ਜੀਵ ਹਨ ਉਹ ਗੁਰੂ ਕੀ ਸੰਗਤ ਤੋਂ ਵਾਂਝੇ ਰਹਿਣ ਕਰਕੇ ਸਦਾ ਹੀ ਦੁਖੀ ਰਹਿੰਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਆ ਗੁਰਸਿੱਖੋ,
ਉਹਨਾਂ ਦਾ ਜੰਮਣ ਤੇ ਮਰਨ ਦਾ ਦੁੱਖ ਕਦੇ ਵੀ ਉਤਰਦਾ ਨਹੀਂ ਹੈ। ਜਨਮ ਤੇ ਮਰਨ ਤੋਂ ਕਦੇ ਰਹਿਤ ਹੋ ਹੀ ਨਹੀਂ ਸਕਦੇ। 84 ਦੇ ਗੇੜੇ ਵਿੱਚ ਪਏ ਰਹਿੰਦੇ ਹਨ। ਕਦੇ ਕਿਸੇ ਜੂਨ ਵਿੱਚ ਜਨਮ ਧਾਰਨ ਕੀਤਾ, ਕਦੇ ਕਿਸੇ ਜੂਨ ਦੇ ਵਿੱਚ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਿੰਨੇ ਕਿੰਨੇ ਜਨਮ ਇੱਕ ਇੱਕ ਜੂਨ ਦੇ ਵਿੱਚ ਧਾਰਨ ਕਰਦੇ ਆ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਇਹ ਗੁਰਸਿੱਖੋ, ਉਹਨਾਂ ਦਾ ਜੰਮਣ ਮਰਨ ਦਾ ਦੁੱਖ ਕਦੇ ਚਿੱਤ ਵੀ ਉਤਰਦਾ ਨਹੀਂ ਹੈ। ਉਹਨਾਂ ਨੇ ਜਮਾਂ ਦੇ ਵਸ ਵਿੱਚ ਪੈਣਾ ਕੀਤਾ, ਭਾਵ ਜਮ ਉਹਨਾਂ ਦੇ ਗਲ ਵਿੱਚ ਫਾਹ ਪਾ ਕੇ ਲੈ ਜਾਂਦੇ ਹੈ, ਜਿਹੜੇ ਕਦੇ ਗੁਰੂ ਕੀ ਸੰਗਤ ਨਹੀਂ ਕਰਦੇ। ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤਸੰਗਤ ਵਿੱਚ ਜੁੜ ਕੇ ਪਰਮਾਤਮਾ ਦਾ ਜਸ ਨਹੀਂ ਗਾਉਂਦੇ। ਹਜ਼ੂਰ ਕਹਿੰਦੇ ਉਹਨਾਂ ਦੇ ਜੰਮਣ ਮਰਨ ਦਾ ਦੁੱਖ ਕਦੇ ਚਿੱਤ ਵੀ ਉਤਰਦਾ ਨਹੀਂ ਹੈ। ਸਤਸੰਗਤ ਜੀ, ਜੀਵਨ ਦੇ ਅੰਦਰ ਦੁੱਖ ਭਾਵੇਂ ਬੇਅੰਤ ਹਨ, ਗਿਣੇ ਨਹੀਂ ਜਾ ਸਕਦੇ। ਕਦੇ ਕੋਈ ਦੁੱਖ ਆ ਕੇ ਲੱਗ ਜਾਂਦਾ, ਕਦੇ ਕਿਸੇ ਤਰ੍ਹਾਂ ਕਰਕੇ ਮਨੁੱਖ ਦੁਖੀ ਹੋ ਜਾਂਦਾ, ਕਦੇ ਤਾਂ ਚਿੰਤਾਵਾਂ ਕਰਕੇ ਝੂਰਦਾ ਹੋਇਆ ਦੁਖੀ ਹੁੰਦਾ, ਕਦੇ ਕਿਸੇ ਤਰ੍ਹਾਂ ਕਰਕੇ ਦੁਖੀ ਹੁੰਦਾ। ਪਰ ਜੰਮਣ ਦੇ ਮਰਨ ਦਾ ਦੁੱਖ ਸਭ ਤੋਂ ਵੱਡਾ ਦੁੱਖ ਮੰਨਿਆ ਹੈ। ਵਾਰ ਵਾਰ ਜਨਮ ਧਾਰਨ ਕਰਨਾ ਤੇ ਮੌਤ ਦੇ ਮਾਰੇ ਹੋਏ ਮਰ ਜਾਣਾ, ਇਹ ਬੜੇ ਭਿਆਨਕ ਦੁੱਖ ਹਨ। ਤੇ ਸਾਧ ਸੰਗਤ ਜੀ, ਵਿਦਵਾਨ ਪੁਰਖਾਂ ਨੇ ਇਹੋ ਕਥਨ ਕੀਤਾ ਕਿ ਜਨਮ ਦੇ ਸਮੇਂ ਮਨੁੱਖ ਨੂੰ ਕਿੰਨੀ ਜ਼ਿਆਦਾ ਸਾਧ ਸੰਗਤ ਜੀ ਪੀੜਾ ਹੁੰਦੀ ਹੈ। ਜਨਮ ਦੇ ਸਮੇਂ ਜਿਵੇਂ ਸਾਧ ਸੰਗਤ ਸੁਨਿਆਰਾ ਹੁੰਦਾ ਹੈ ਨਾ, ਜੰਜੀਰ ਦੇ ਵਿੱਚੋਂ ਤਾਰ ਖਿੱਚ ਕਰਕੇ, ਬਰੀਕ ਖਿੱਚ ਕਰਕੇ ਕਰਦਾ ਨਾ, ਬਰੀਕ ਕਰਦਾ, ਤਿੱਖੀ ਕਰਦਾ, ਏਦਾਂ ਮਾਤਾ ਦੇ ਗਰਭ ਦੇ ਵਿੱਚ ਜਦੋਂ ਜੀਵ ਦਾ ਜਨਮ ਹੁੰਦਾ ਹੈ ਤੇ ਕਈ ਵਾਰ ਤਾਂ ਬੇਸੁਰਤ ਹੋ ਕਰਕੇ ਜੀਵ ਜਨਮਦਾ ਹੈ। ਔਰ ਇਸ ਪ੍ਰਕਾਰ ਕਈ ਪਤਲਾ ਜਿਹਾ ਛੋਟੇ ਜਿਹੇ ਆਕਾਰ ਦਾ ਜੀਵ ਦਾ ਜਨਮ ਹੁੰਦਾ ਤੇ ਕਈ ਵਾਰ ਸਾਧ ਸੰਗਤ ਦੀ ਜਨਮ ਹੁੰਦੀ ਹੈ, ਸਾਰੇ ਬੱਚੇ ਦੀ ਮੌਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਦੁੱਖੋ ਦੇ ਤੂੰ ਸਹਾਰਿਆ ਹੀ ਨਹੀਂ ਜਾਂਦਾ, ਇੰਨਾ ਜ਼ਿਆਦਾ ਦੁਖੀ ਹੁੰਦਾ। ਤੇ ਸਾਕਤ ਬੰਦੇ ਦਾ ਮਰਨ ਦੇ ਸਮੇਂ ਇੰਨੀ ਜ਼ਿਆਦਾ ਪੀੜਾ, ਇਹ ਜ਼ਿਕਰ ਕੀਤਾ ਗ੍ਰੰਥਾਂ ਵਿੱਚ। 75,000 ਬਿੱਛੂ ਡੰਗ ਮਾਰੇ ਨਾ, ਇੰਨੀ ਜ਼ਿਆਦਾ ਸਾਧ ਸੰਗਤ ਜੀ ਸਾਕਤ ਬੰਦੇ ਨੂੰ ਪੀੜਾ ਹੁੰਦੀ ਹੈ ਮਰਨ ਦੇ ਸਮੇਂ, ਜਦੋਂ ਪ੍ਰਾਣ ਨਿਕਲਦੇ ਹਨ। ਇੱਕ ਬਿੱਛੂ ਡੰਗ ਮਾਰੇ ਨਾ, ਪੱਥਰ ਤੇ ਉਹ ਖਿੱਲ ਬਣ ਜਾਂਦਾ, ਤੇ 75,000 ਬਿੱਛੂ ਇਕੱਠੇ ਮਿਲ ਕਰਕੇ ਡੰਗ ਮਾਰਨ ਤੇ ਕਿੰਨੀ ਤਕਲੀਫ਼ ਹੁੰਦੀ ਹੋਵੇਗੀ, ਕਿੰਨਾ ਦੁੱਖ ਹੁੰਦਾ ਹੋਵੇਗਾ। ਸਾਕਤ ਬੰਦੇ ਨੂੰ ਮਰਨ ਦੇ ਸਮੇਂ ਇੰਨੀ ਜ਼ਿਆਦਾ ਪੀੜਾ ਹੁੰਦੀ ਹੈ। ਇਸ ਲਈ ਮਹਾਰਾਜ ਕਹਿੰਦੇ, ਤਿੰਨ ਦੁੱਖ ਨਾ ਕਬਹੁ ਉਤਰੈ, ਸੇ ਜਮ ਕੈ ਵਸ ਪੜੀ ਆਹ। ਉਹਨਾਂ ਨੇ ਜਮਾਂ ਦੇ ਅਧੀਨ ਹੋ ਜਾਣਾ ਕੀਤਾ। ਜਮ ਵਾਰ ਵਾਰ ਉਹਨਾਂ ਨੂੰ ਸਜਾਵਾਂ ਦਿੰਦੇ ਹੈ, ਅਥਵਾ ਧਰਮ ਰਾਜੇ ਦੇ ਜਿਹੜੇ ਦੂਤ ਹਨ, ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਬੜੇ ਤਸੀਹੇ ਦਿੰਦੇ ਹੈ। ਕਦੇ ਬੈਤਰਨੀ ਨਦੀ ਦੇ ਵਿੱਚੋਂ ਲੰਘਾਉਂਦੇ ਹਨ, ਖੂਨ ਤੇ ਪਾਗ ਦੀ ਨਦੀ ਹੁੰਦੀ ਹੈ। ਕਦੇ ਸਾਧ ਸੰਗਤ ਜੀ ਤਲਵਾਰਾਂ ਵਰਗੇ ਤਿੱਖੀ ਉਹਨਾਂ ਦੇ ਪੱਤੇ ਹੁੰਦੇ ਆ, ਟਾਹਣੀਆਂ ਹੁੰਦੀਆਂ ਨੇ, ਜਿਹਨਾਂ ਦੇ ਨਾਲ ਜਦੋਂ ਖਹਿ ਕਰਕੇ ਭੱਜਦਾ ਹੈ ਤੇ ਖੂਨ ਨਿਕਲਦਾ। ਔਰ ਇਸੇ ਪ੍ਰਕਾਰ ਅਗਨੀਬਨ ਜੰਗਲ ਹੈ, ਅੱਗ ਦੇ ਜੰਗਲ ਦੇ ਵਿੱਚੋਂ ਲੰਘਾਇਆ ਜਾਂਦਾ। ਕਿੰਨੇ ਕਿੰਨੇ ਤਸੀਹੇ ਦਿੱਤੇ ਜਾਂਦੇ ਹਨ।
ਮਹਾਰਾਜ ਕਹਿੰਦੇ ਕਿ ਉਹਨਾਂ ਦਾ ਦੁੱਖ ਕਦੇ ਉਤਰ ਨਹੀਂ ਸਕਦਾ, ਉਹ ਜੰਮਣ ਤੇ ਮਰਨ ਤੋਂ ਰਹਿਤ ਹੋ ਹੀ ਨਹੀਂ ਸਕਦੇ। ਜਿਹੜੇ ਕਦੇ ਸਤਸੰਗਤ ਨਹੀਂ ਕਰਦੇ ਉਹ ਅਹੰਕਾਰ ਦੇ ਵਿੱਚ ਹੀ ਇਕੱਲਿਆਂ ਤੋਂ ਇਕੱਲਿਆਂ ਰਹਿਣ ਦਾ ਸੰਸਾਰ ਅੰਦਰ ਯਤਨ ਕਰਦੇ ਹਨ, ਪਰ ਗੁਰੂ ਕੀ ਸੰਗਤ ਤੋਂ ਬਿਨਾਂ ਮਹਾਰਾਜ ਕਹਿੰਦੇ ਕਦੇ ਪਾਰ ਉਤਾਰਾ ਹੋ ਹੀ ਨਹੀਂ ਸਕਦਾ। ਜਿਨੀ ਰਾਵਿਆ ਪ੍ਰਭ ਆਪਣਾ, ਹੇ ਗੁਰਸਿੱਖੋ, ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਰਾਵਿਆ ਉਚਾਰਨ ਕੀਤਾ, ਪਰਮੇਸ਼ਰ ਦਾ ਨਾਮ ਜਪਿਆ ਹੈ, ਰਾਵਿਆ ਨਾਮ ਆਨੰਦ ਦਾ ਆਨੰਦ ਮਾਨਣ ਦਾ ਵੀ ਹੈ। ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਆਪਣੇ ਪਤੀ ਪਰਮੇਸ਼ਰ ਦੇ ਸਰੂਪ ਦਾ ਆਨੰਦ ਮਾਣਿਆ ਹੈ, ਮਹਾਰਾਜ ਕਹਿੰਦੇ ਹੋ ਨਿਤਾ ਪ੍ਰਤੀ ਪਰਮਾਤਮਾ ਦੇ ਸਰੂਪ ਰੂਪੀ ਘਰ ਦੇ ਵਿੱਚ ਦਿਸ ਰਹੀਆਂ ਨੇ, ਨਜ਼ਰ ਆ ਰਹੀਆਂ ਨੇ। ਉਹ ਮਹਾਤਮਾ ਰੂਪ ਸਖੀਆਂ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਵਾਹਿਗੁਰੂ ਜੀ ਦੇ ਸਰੂਪਾਨੰਦ ਨੂੰ ਜਿਨ੍ਹਾਂ ਨੇ ਮਾਣਿਆ ਹੈ, ਸਾਧ ਸੰਗਤ ਜੀ, ਉਹਨਾਂ ਦਾ ਪ੍ਰਤੱਖ ਹੀ ਜ਼ਾਹਰ ਹੈ ਪਰਮੇਸ਼ਰ ਨੇ ਕਿੰਨਾ ਉੱਚਾ ਸੁੱਚਾ ਜੀਵਨ ਉਹਨਾਂ ਬੰਦਗੀ ਕਰਨ ਵਾਲੇ ਬ੍ਰਹਮ ਬੇਤਿਆਂ ਨੂੰ ਬਖਸ਼ਿਆ ਹੈ। ਉਹ ਪਰਮਾਤਮਾ ਦੇ ਘਰ ਪ੍ਰਵਾਨ ਹਨ, ਲੋਕ ਪਰਲੋਕ ਉਹਨਾਂ ਦਾ ਸੁਹੇਲਾ ਹੋ ਗਿਆ ਹੈ। ਰਤਨ ਜਵੇ ਹਰ ਲਾਲ ਹਰ, ਤੇ ਫਿਰ ਬੇਨਤੀ ਕਰਦੇ ਨੇ ਮਹਾਰਾਜ, ਜਿਹੜੀ ਜੀਵ ਰੂਪ ਸਕੀ ਪ੍ਰਤੱਖ ਵੀ ਜਿਹੜੀ ਔਰਤ ਹੈ, ਜਿਹੜੀ ਸੁਹਾਗਵਤੀ ਹੋ ਜਾਂਦੀ, ਜਿਵੇਂ ਤਨ ਦੇ ਉੱਪਰ ਸ਼ਿੰਗਾਰ ਧਾਰਨ ਕਰਦੀ ਹੈ ਪਤੀ ਦੀ ਪ੍ਰਸੰਨਤਾ ਪਾਉਣ ਦੇ ਵਾਸਤੇ, ਤੇ ਮਹਾਰਾਜ ਜੀਵ ਰੂਪ ਸਖੀ ਕਿੱਦਾਂ ਦੀ ਸ਼ਿੰਗਾਰ ਬਣਾਉਂਦੀ ਹੈ, ਸਤਿਗੁਰੂ ਜੀ ਦੱਸਦੇ ਹਨ। ਰਤਨ ਜਵੇ ਹਰ ਲਾਲ ਹਰ, ਜਿਵੇਂ ਸਾਧ ਸੰਗਤ ਜੀ ਰਤਨ ਹਨ, ਜਵਾਹਰ ਹਨ, ਲਾਲ ਹਨ, ਇਹ ਵਡਮੁੱਲੇ ਪਦਾਰਥ, ਇਹਨਾਂ ਨੂੰ ਭਾਵੇਂ ਮਾਲਾ ਬਣਾ ਕਰਕੇ ਪਰੋ ਕੇ ਗਲ ਦੇ ਵਿੱਚ ਪਾ ਲਿਆ ਜਾਂਦਾ, ਇਹਨਾਂ ਦੇ ਸਹਿਤ ਹਾਰ ਸ਼ਿੰਗਾਰ ਕੀਤੇ ਜਾਂਦੇ ਹਨ। ਮਹਾਰਾਜ ਕਹਿੰਦੇ ਇਹ ਜੋ ਗੁਰਮੁਖ ਪਿਆਰੇ ਹਨ, ਮਹਾਤਮਾ ਰੂਪ ਸਖੀਆਂ ਹਨ, ਰਤਨਾਂ ਦੀ ਤਰ੍ਹਾਂ ਵੈਰਾਗ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਹੈ, ਜਵੇਹਰ ਦੀ ਤਰ੍ਹਾਂ ਗਿਆਨ ਧਾਰਨ ਕਰਕੇ ਰੱਖਦੇ ਹਨ, ਲਾਲ ਦੀ ਤਰ੍ਹਾਂ ਪ੍ਰੇਮ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਸਦਾ ਹੀ ਬਰਕਰਾਰ ਰਹਿੰਦਾ ਹੈ। ਕੰਠ ਤਿਨਾਂ ਜੜੀਆਹ, ਆਪਣੇ ਹਿਰਦੇ ਰੂਪ ਕੰਠ ਦੇ ਵਿੱਚ ਜੜੀਆਹ ਜੜਤ ਕੀਤਾ ਹੈ, ਇਹਨਾਂ ਨੂੰ ਧਾਰਨ ਕੀਤਾ ਹੈ, ਜਿਵੇਂ ਸਾਧ ਸੰਗਤ ਜੀ ਸੁੰਦਰ ਮਾਲਾ ਧਾਰਨ ਕਰਕੇ ਤਿਆਰ ਕਰਵਾ ਕੇ ਕੋਈ ਕੰਠ ਗਲ ਦੇ ਵਿੱਚ ਪਾ ਲੈਂਦਾ, ਇਵੇਂ ਗੁਰਮੁਖ ਪਿਆਰੇ ਆਪਣੇ ਹਿਰਦੇ ਰੂਪ ਕੰਠ ਦੇ ਵਿੱਚ ਇਹਨਾਂ ਸ਼ੁਭ ਗੁਣਾਂ ਦੀ ਮੋਤੀਆਂ ਦੀ ਮਾਲਾ ਪਹਿਨ ਧਾਰਨ ਕਰ ਲੈਂਦੇ ਹਨ, ਸ਼ੁਭ ਗੁਣਾਂ ਦੀ ਮਾਲਾ ਬਣਾ ਕਰਕੇ ਆਪਣੇ ਕੰਠ ਵਿੱਚ ਧਾਰਨ ਕਰਦੇ ਹੈ। ਮਹਾਰਾਜ ਕਹਿੰਦੇ ਐਸਾ ਗੁਰਮੁਖਾਂ ਦਾ ਜੀਵਨ ਹੈ, ਐਸਾ ਮਹਾਤਮਾ ਰੂਪ ਸਖੀਆਂ ਨੇ ਸ਼ੁਭ ਗੁਣਾਂ ਰੂਪੀ ਸ਼ਿੰਗਾਰ ਨੂੰ ਆਪਣੇ ਹਿਰਦੇ ਕੰਠ ਵਿੱਚ ਧਾਰਨ ਕੀਤਾ ਹੈ। ਨਾਨਕ ਵਾਂਛੈ ਧੂੜ ਤਿਨ, ਹਜੂਰ ਕਹਿੰਦੇ ਐ ਗੁਰਸਿੱਖੋ, ਉਹਨਾਂ ਬੰਦਗੀ ਕਰਨ ਵਾਲੇ ਮਹਾਤਮਾ ਰੂਪ ਸਖੀਆਂ ਦੇ ਚਰਨਾਂ ਦੀ ਧੂੜੀ ਮੰਗਣੀ ਚਾਹੀਦੀ ਹੈ। ਪ੍ਰਭ ਸਰਣੀ ਦਰ ਪੜਿਆ, ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾਣਾ ਕੀਤਾ, ਜਿਨ੍ਹਾਂ ਨੇ ਕੇਵਲ ਇੱਕ ਪਰਮਾਤਮਾ ਦਾ ਆਸਰਾ ਤੱਕਿਆ ਹੈ, ਹੋਰ ਸਭ ਸੰਸਾਰ ਭਰ ਦੀਆਂ ਢੇਰੀਆਂ ਢਾਹ ਦਿੱਤੀਆਂ ਨੇ, ਪਰਮਾਤਮਾ ਇੱਕ ਤੱਕਿਆ ਆਸਰਾ ਤੇਰਾ, ਹੋਰ ਸਭੇ ਢਾਈਆਂ ਢੇਰੀਆਂ, ਮਹਾਰਾਜ ਸਾਨੂੰ ਕਿਸੇ ਦਾ ਆਸਰਾ ਨਹੀਂ ਹੈ, ਕੋਈ ਕਿਸੇ ਦਾ ਆਸਰਾ ਤੱਕਦਾ, ਕੋਈ ਕਿਸੇ ਦਾ, ਪਰਮੇਸ਼ਰ ਜੀ ਅਸੀਂ ਆਪ ਜੀ ਦਾ ਆਸਰਾ ਦੇ ਹੈ,
ਸੰਸਾਰ ਦੇ ਸਭ ਝੂਠੇ ਆਸਰੇ ਜਾਣ ਕਰਕੇ, ਕੇਵਲ ਸਵਾਰਥ ਦੇ ਆਸਰੇ ਜਾਣ ਕਰਕੇ ਤੁਹਾਡੀ ਸ਼ਰਨ ਅਸੀਂ ਧਾਰਨ ਕੀਤੀ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਈ ਹੈ, ਪਰਮਾਤਮਾ ਦਾ ਹੀ ਸਰੂਪ ਹੋ ਗਏ ਹਨ। ਉਹਨਾਂ ਦੀ ਚਰਨ ਧੂੜੀ ਮਸਤਕ ਤੇ ਲਾਉਣ ਵਾਸਤੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੀਦੀ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮਗਰ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਇਹ ਸਮਾਪਤੀ ਦੀਆਂ ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਮਹਾਰਾਜ ਫਰਮਾਉਂਦੇ ਹੈ, ਮੰਗਰ ਮਾਹੇ ਸੁਹੰਦੀ ਆ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅਰਾਧਨਾ ਕੀਤੀ ਹੈ, ਉਹਨਾਂ ਨੂੰ ਦੁਬਾਰਾ ਸੰਸਾਰ ਦੇ ਅੰਦਰ ਜਨਮ ਨਹੀਂ ਧਾਰਨ ਕਰਨਾ ਪਿਆ। ਮੰਗਰ ਪ੍ਰਭ ਆਰਾਧਨਾ, ਜਿਨ੍ਹਾਂ ਨੇ ਪਰਮਾਤਮਾ ਨੂੰ ਅਰਾਧਿਆ ਹੈ, ਅਰਾਧੀ ਬਣ ਕੇ ਇੱਕ ਜਿੱਤ ਹੋ ਕੇ ਪਰਮਾਤਮਾ ਦੀ ਅਰਾਧਨਾ ਕੀਤੀ ਹੈ, ਉਹਨਾਂ ਦਾ ਦੁਬਾਰਾ ਸੰਸਾਰ ਦੇ ਵਿੱਚ ਜਨਮ ਨਹੀਂ ਹੋਇਆ, ਭਾਵ ਉਹ ਜੰਮਣ ਤੇ ਮਰਨ ਤੋਂ ਰਹਿਤ ਹੋ ਗਏ ਹਨ। ਜਿਨ੍ਹਾਂ ਨੇ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਸੇ ਬਹੁੜ ਨਾ ਜਨਮੜੀ ਆਹ, ਉਹਨਾਂ ਨੂੰ ਜਨਮ ਧਾਰਨ ਕਰਕੇ ਬਾਰ ਬਾਰ ਮੜੀਆਂ ਦੇ ਵਿੱਚ ਨਹੀਂ ਜਾਣਾ ਪਿਆ। ਭਾਵ ਜੇ ਜਨਮ ਹੋਵੇਗਾ ਤਾਂ ਹੀ ਮਰਨ ਹੋਵੇਗਾ ਨਾ, ਜੇ ਜਨਮ ਹੀ ਨਹੀਂ ਹੋਇਆ ਤੇ ਮੌਤ ਕਿਵੇਂ ਆਵੇਗੀ, ਤੇ ਬਾਰ ਬਾਰ ਮੜੀਆਂ ਵਿੱਚ ਜਾ ਕੇ ਸਰੀਰ ਦਾ ਸੰਸਕਾਰ ਕਿਵੇਂ ਕੀਤਾ ਜਾਣਾ। ਮਹਾਰਾਜ ਕਹਿੰਦੇ ਉਹ ਜੰਮਣ ਮਰਨ ਤੋਂ ਰਹਿਤ ਹੋ ਗਏ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਅਰਾਧਨਾ ਕੀਤੀ ਹੈ। ਪਰਮਾਤਮਾ ਨੇ ਤਰਸ ਕਰਕੇ ਆਪਣੇ ਚਰਨਾਂ ਦਾ ਪਿਆਰ ਉਹਨਾਂ ਦੇ ਹਿਰਦੇ ਅੰਦਰ ਲਗਾਇਆ। ਸੋ ਇਹ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਹਿਮ ਜੀ ਨੇ ਜੋ ਅੱਜ ਮੱਘਰ ਦੇ ਮਹੀਨੇ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਦਰੋਂ ਕਰੋਂ ਪਿਆਰੀ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਨ, ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ ਕਮਾਉਣ ਦਾ ਬਲ ਬਖਸ਼ਿਸ਼ ਕਰਨ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਿਲ ਕੇ ਬੇਨਤੀ ਕਰੀਏ। ਆਓ ਹੁਣ ਸਤ ਸੰਗਤ ਜੀ ਪਿਆਰ ਸਹਿਤ ਕੁਝ ਕੁ ਸਮਾਂ ਹੋਰ ਗੁਰੂ ਚਰਨਾਂ ਵਿੱਚ ਬੈਠ ਕੇ ਜੋ ਹਰ ਰੋਜ਼ ਇਸ ਪਾਵਨ ਅਸਥਾਨ 'ਤੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ, ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਇਸੇ ਤਰ੍ਹਾਂ ਹੀ ਜੁੜ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਗਰੀਬਨ ਵਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਜਰੀ ਰਾਗ ਦੇ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਪਿਆਰ ਸਹਿਤ ਸਰਵਣ ਕਰੀਏ ਜੀ। ਗੁਜਰੀ ਮਹੱਲਾ ਪੰਜਵਾ, ਘਰ ਚੌਥਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਜਰੀ ਰਾਗ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਚੌਥੇ ਘਰ ਸੁਰ ਤਾਲ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇੱਕ ਅਦਵੈਤ ਸਰੂਪ ਹੈ, ਓਵੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਆਰਾਧ ਸ੍ਰੀ ਧਰ ਸਫਲ ਮੂਰਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੀ ਪ੍ਰਾਣ ਧਾਰੀ ਜੀਵ ਅਕਾਲ ਪੁਰਖ ਪਰਮੇਸ਼ਰ ਦੀ ਅਰਾਧਨਾ ਕਰ, ਜੇ ਜੀਵਨ ਦੀ ਸਫਲਤਾ ਬਣਾਉਣੀ ਚਾਹੁੰਦਾ ਹੈ। ਇਸ ਸ਼ਬਦ ਅੰਦਰ ਵੀ ਮਹਾਰਾਜ ਸਾਹਿਬ ਜੀ ਨੇ ਅਰਾਧਨਾ ਦੇ ਪ੍ਰਥਾਈ ਉਚਾਰਨ ਕੀਤਾ, ਜੇ ਜੀਵਨ ਦੀ ਸਫਲਤਾ ਕਰਨੀ ਹੈ ਤਾਂ ਪਰਮੇਸ਼ਰ ਦੀ ਅਰਾਧਨਾ ਕਰ। ਸ੍ਰੀ ਨਾਮ ਲਛਮੀ ਦਾ ਹੈ ਧਰਨਾਮ ਧਾਰਨ ਕਰਨ ਵਾਲੀ ਦਾ,
ਜਿਸ ਪਰਮੇਸ਼ਰ ਦੇ ਆਸਰੇ ਮਾਇਆ ਵੀ ਚੱਲਦੀ ਹੈ। ਸਤ ਸੰਗਤ ਜੀ, ਮਾਇਆ ਆਪੋ ਵਿੱਚ ਚੇਤਨ ਨਹੀਂ, ਅਸਲ ਦੇ ਵਿੱਚ ਮਾਇਆ ਜੜ ਰੂਪ ਹੈ। ਪਰਮਾਤਮਾ ਦੀ ਚੇਤਨਤਾ ਆਉਣੇ ਕਰਕੇ ਪ੍ਰਬਲ ਬਣੀ ਹੈ। ਜਿਵੇਂ ਜੜ ਉਹ ਹੁੰਦਾ, ਸਤ ਸੰਗਤ ਜੀ, ਲੁਹਾਰ ਹੱਥਾਂ ਦੇ ਵਿੱਚ ਜਿਵੇਂ ਹਥੌੜਾ ਲੈ ਕਰਕੇ ਬੜੇ ਬਲ ਲਾ ਕਰਕੇ ਮਾਰਦਾ, ਜਿਵੇਂ ਲੋਹਾ ਕੁੱਟਦੇ ਹਨ ਕਿੰਨਾ ਜ਼ੋਰ ਲਾ ਕਰਕੇ ਉੱਪਰ ਮਾਰਦਾ, ਅਤੇ ਅਹਿਰਨ ਦੇ ਉੱਪਰ ਪਿਆ ਹੋਇਆ ਲੋਹਾ ਜਿੰਨਾ ਜ਼ਿਆਦਾ ਬਲ ਲੱਗਦਾ ਨਾ, ਓਨੀ ਜ਼ੋਰ ਦੇ ਨਾਲ ਜਾ ਕਰਕੇ ਵੱਜਦਾ। ਜਿੰਨਾ ਜ਼ਿਆਦਾ ਲੁਹਾਰ ਦੇ ਹੱਥਾਂ ਵਿੱਚ ਬਲ ਹੁੰਦਾ, ਅਤੇ ਜੜ ਆਪੋ ਵਿੱਚ ਮਾਇਆ, ਜਿਹੜੀ ਮਾਇਆ ਹੈ ਆਪਸ ਵਿੱਚ ਜੜ ਹੈ, ਸਾਧ ਸੰਗਤ ਚੇਤਨ ਨਹੀਂ ਹੈ, ਅਤੇ ਪਰਮਾਤਮਾ ਦੀ ਚੇਤਨਤਾ ਪੈਣੇ ਕਰਕੇ ਪ੍ਰਬਲ ਬਣੀ ਹੈ। ਤਾਂ ਹੀ ਕਿਸੇ ਤੋਂ ਇਹਦਾ ਬਲ ਮਿਤਿਆ ਨਹੀਂ ਜਾ ਸਕਦਾ, ਇਸ ਪ੍ਰਬਲ ਮਾਇਆ ਨੂੰ ਕੋਈ ਜਿੱਤ ਨਹੀਂ ਸਕਦਾ। ਪਰਮਾਤਮਾ ਜਿਸ ਜੀਵ 'ਤੇ ਕਿਰਪਾ ਕਰਦਾ ਹੈ, ਉਹ ਇਸ ਪ੍ਰਬਲ ਮਾਇਆ 'ਤੇ ਜਿੱਤ ਪ੍ਰਾਪਤ ਕਰ ਲੈਂਦਾ, ਪਰਮਾਤਮਾ ਦੀ ਜਿਸ 'ਤੇ ਕਿਰਪਾ ਹੋਵੇ। ਨਹੀਂ ਤਾਂ ਛਲ ਰੂਪ ਮਾਇਆ ਸਰਬ ਜੀਵਾਂ ਨੂੰ ਵਾਰ ਵਾਰ ਛਲ ਕੇ ਆਪਣੇ ਅਧੀਨ ਹੀ ਕਰਦੀ ਰਹਿੰਦੀ ਹੈ। ਸਭ ਸੰਸਾਰ ਭਰ ਦੇ ਜੀਵਾਂ ਨੂੰ ਆਪਣਾ ਇਸ ਮਾਇਆ ਨੇ ਗੁਲਾਮ ਬਣਾਇਆ ਹੋਇਆ। ਮਹਾਰਾਜ ਕਹਿੰਦੇ, ਜਿਸ ਪਰਮਾਤਮਾ ਨੇ ਇਸ ਮਾਇਆ ਨੂੰ ਆਪਣੇ ਅਧੀਨ ਕੀਤਾ ਹੋਇਆ, ਪਰਮਾਤਮਾ ਦੇ ਆਸਰੇ ਇਹ ਵਸ ਰਹੀ ਹੈ। ਆਰਾਧ ਸ੍ਰੀ ਧਰ ਸਫਲ ਮੂਰਤ, ਹੇ ਜੀਵ, ਤੇਰੀ ਜੀਵਨ ਦੀ ਸਫਲਤਾ ਹੋ ਜਾਵੇਗੀ। ਕਾਰਨ ਕਾਰਨ ਯੋਗ, ਗਰੀਬਨ ਵਾਜ ਮਹਾਰਾਜ ਕਹਿੰਦੇ, ਸਭ ਕਾਰਨਾਂ ਦੇ ਕਰਨ ਯੋਗ ਉਹ ਪਰਮੇਸ਼ਰ ਆਪ ਹੈ, ਜੋ ਸਰਬ ਕਲਾ ਸਮਰੱਥ ਹੈ, ਸਭ ਵਿਧਾਨ ਬਣਾਉਣ ਵਾਲਾ, ਸਭ ਕਾਰਨਾਂ ਦੇ ਕਰਨ ਵਾਲਾ, ਉਸ ਅਕਾਲ ਪੁਰਖ ਪਰਮਾਤਮਾ ਦੀ ਆਰਾਧਨਾ ਕਰ, ਤੇਰੇ ਜੀਵਨ ਦੀ ਸਫਲਤਾ ਹੋ ਜਾਵੇਗੀ। ਗੁਣ ਰਮਣ ਸ਼ਰਵਣ ਅਪਾਰ ਮਹਿਮਾ, ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰ, ਤੇ ਪਰਮੇਸ਼ਰ ਦੀ ਮਹਿਮਾ ਨੂੰ ਸਰਵਣ ਕਰਿਆ ਕਰ, ਪ੍ਰੀਤ ਰੂਪ ਰਸਨਾ ਦੇ ਨਾਲ ਗਾਇਆ ਕਰ, ਤੇ ਸ਼ਰਧਾ ਵਿਸ਼ਵਾਸ ਰੂਪ ਕਰਨਾ ਦੇ ਨਾਲ ਸਰਵਣ ਕਰਿਆ ਕਰ। ਫਿਰ ਨਾ ਹੋਤ ਬਿਯੋਗ, ਫਿਰ ਪਰਮਾਤਮਾ ਦੇ ਨਾਲੋਂ ਕਦੇ ਵੀ ਤੇਰਾ ਵਿਛੋੜਾ ਨਹੀਂ ਪਵੇਗਾ। ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਨੇ ਸੰਸਾਰ ਵਿੱਚ ਆਇਆ। ਮਹਾਰਾਜ ਸਿਵ ਜੀ ਨੂੰ ਬੇਨਤੀ ਕਰਕੇ ਪੁੱਛੀਏ, ਸਤਿਗੁਰੂ ਜੀ, ਕਿੰਨਾ ਕੁ ਸਮਾਂ ਹੋਇਆ ਸਾਨੂੰ ਕਲਯੁਗੀ ਜੀਵਾਂ ਨੂੰ ਸੰਸਾਰ ਵਿੱਚ ਜਨਮਿਆ ਹੋਇਆ, ਭਟਕਦਿਆ ਹੋਇਆ, ਦਰ ਦਰ ਤੇ ਠੋਕਰਾ ਖਾਂਦਿਆ ਹੋਇਆ? ਤੇ ਹਜ਼ੂਰ ਕਹਿੰਦੇ, ਕਹੇ ਨਾਨਕ, ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਜਦੋਂ ਦੀ ਪਰਮਾਤਮਾ ਨੇ ਸ੍ਰਿਸ਼ਟੀ ਰਚੀ ਹੈ ਨਾ, ਤੇਰੇ ਅੰਦਰ ਜੋਤ ਟਿਕਾਈ, ਉਦੋਂ ਦਾ ਹੀ ਤੂੰ ਸੰਸਾਰ ਵਿੱਚ ਆਇਆ। ਅਜੇ ਤੱਕ ਪਰਮਾਤਮਾ ਵਿੱਚ ਅਭੇਦ ਹੀ ਨਹੀਂ ਹੋ ਸਕਿਆ, ਅਜੇ ਤੱਕ ਆਪਣੇ ਨਿਜ ਸਰੂਪ ਦੇ ਵਿੱਚ ਤੂੰ ਪਹੁੰਚ ਹੀ ਨਹੀਂ ਸਕਿਆ, ਹੋਰ ਹੀ ਦਰ ਦਰ ਤੇ ਠੋਕਰਾਂ ਖਾਂਦਾ ਫਿਰਦਾ। ਕਦੇ ਕੋਈ ਸਰੀਰ ਧਾਰਨ ਕਰ ਲੈਂਦਾ ਹੈ, ਕਦੇ ਕਿਸੇ ਸਰੀਰ ਦੇ ਵਿੱਚ ਤੂੰ ਜਨਮ ਧਾਰਨ ਕਰ ਲੈਂਦਾ, ਅਸਲ ਨਿਜ ਸਰੂਪ ਦੇ ਵਿੱਚ, ਆਪਣੇ ਸਰੂਪ ਰੂਪੀ ਘਰ ਦੇ ਵਿੱਚ ਤਾਂ ਪਹੁੰਚ ਹੀ ਨਾ ਸਕਿਆ। ਮਹਾਰਾਜ ਕਹਿੰਦੇ, ਜੇ ਹੇ ਜੀਵ ਪਰਮਾਤਮਾ ਦੇ ਗੁਣ ਗਾਵੇ, ਫਿਰ ਕੰਨਾਂ ਦੇ ਨਾਲ ਸਰਵਣ ਕਰੇ, ਫਿਰ ਨਾ ਹੋਤ ਵਿਯੋਗ, ਫਿਰ ਪਰਮਾਤਮਾ ਦੇ ਨਾਲ ਤੇਰਾ ਵਿਛੋੜਾ ਨਹੀਂ ਹੋਵੇਗਾ। ਇੱਕ ਵਾਰ ਜੇ ਪਰਮਾਤਮਾ ਦੇ ਨਾਲ ਅਭੇਦਤਾ ਹੋ ਗਈ, ਪਰਮੇਸ਼ਰ ਵਿੱਚ ਮਿਲ ਗਿਆ, ਫਿਰ ਦੁਬਾਰਾ ਸੰਸਾਰ ਵਿੱਚ ਵਿਛੜ ਕਰਕੇ ਜਨਮ ਨਹੀਂ ਧਾਰਨ ਕਰੇਗਾ। ਮਨ ਚਰਨਾਰ ਬਿੰਦੋ ਪਾਸ, ਹੇ ਮੇਰੇ ਮਨਾ, ਜੋ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਰੂਪੀ ਚਰਨ ਹਨ,
ਮਹਾਰਾਜ ਕਹਿੰਦੇ ਉਹਨਾਂ 'ਤੇ ਭਰੋਸਾ ਰੱਖਣਾ ਕਰ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਚਰਨ ਕਮਲੇ ਹੈ, ਉਹਨਾਂ ਦੇ ਨਾਲ ਚਿਤ ਬਿਰਤੀ ਨੂੰ ਜੋੜਨ ਵਾਸਤੇ ਸੰਸਾਰ ਤੋਂ ਉਪਰਾਮ ਹੋਣਾ ਕਰ। ਕਾਲ ਕਲੇਸ਼ ਮਟੰਤ ਸਿਮਰਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਚਰਨ ਕਮਲਾਂ ਨੂੰ ਧਾਰਨ ਕਰ ਲੈਂਦਾ, ਸੰਸਾਰ ਤੋਂ ਉਪਰਾਮ ਹੋ ਕੇ ਤੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਪੈਣ ਵਾਲੇ ਜਿਹੜੇ ਕਲੇਸ਼ ਹਨ ਉਹ ਮਿਟ ਜਾਣਗੇ, ਤੇ ਪਰਮਾਤਮਾ ਦੇ ਸਿਮਰਨ ਦੀ ਸ਼ਕਤੀ ਕਰਕੇ ਧਰਮਰਾਜੇ ਦੇ ਜਮਦੂਤ ਜਿਹੜੇ ਫਾਹੀ ਗਲ ਵਿੱਚ ਪਾ ਕੇ ਲੈ ਜਾਂਦੇ ਹਨ ਉਹ ਫਾਹੀ ਕੱਟੀ ਜਾਂਦੀ ਹੈ ਪਰਮਾਤਮਾ ਦੇ ਸਿਮਰਨ ਦੀ ਸ਼ਕਤੀ ਨਾਲ। ਜੋ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੈ ਮਹਾਰਾਜ ਕਹਿੰਦੇ ਉਹਨਾਂ ਦੀ ਜਮਾਂ ਦੀ ਫਾਹੀ ਪਰਮੇਸ਼ਰ ਕੱਟ ਦਿੰਦਾ ਹੈ। ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਸਤਰ ਦਹਨ ਹਰ ਨਾਮ ਕਹਿਣ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਉਚਾਰਨ ਕੀਤਾ ਹੈ ਉਹਨਾਂ ਦੇ ਸ਼ਤਰੂ ਦਹਿਨ ਹੋ ਗਏ ਨੇ, ਦਗਦ ਹੋ ਗਏ, ਨਾਸ਼ ਹੋ ਗਏ ਹੈ, ਪ੍ਰਤੱਖ ਵੀ ਦੁਸ਼ਮਣ ਉਹਨਾਂ ਦੇ ਮਿੱਤਰ ਬਣ ਗਏ ਨੇ। ਮਹਾਰਾਜ ਸਤਿਗੁਰੂ ਜੀ ਦਾ ਗੁਰਬਾਣੀ ਅੰਦਰ ਮੁੱਖ ਵਾਕ ਹੈ, ਵਿਖਿਆ ਭਯੰ ਅੰਮ੍ਰਿਤੰ ਦੁਸ਼ਟਾਂ ਸਖਾ ਸੁਵਜਨ ਹੈ। ਸੰਸਕ੍ਰਿਤੀ ਸਲੋਕਾਂ ਵਿੱਚ ਕਹਿੰਦੇ ਹਨ ਕਿ ਵਿਖ ਜ਼ਹਿਰ ਵੀ ਉਹਨਾਂ ਨੂੰ ਅੰਮ੍ਰਿਤ ਦੀ ਤਰ੍ਹਾਂ ਜਾ ਕੇ ਅਸਰ ਕਰਦੀ ਹੈ, ਅੰਮ੍ਰਿਤ ਦੇ ਵਾਂਗ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਸਿਮਰਨ ਹੁੰਦਾ। ਔਰ ਜਿਹੜੇ ਦੁਸ਼ਮਣ ਹਨ ਉਹ ਵੀ ਸਾਧ ਸੰਗਤ ਜੀ ਸੱਜਣਾਂ ਦੀ ਤਰ੍ਹਾਂ ਪਿਆਰ ਕਰਨ ਲੱਗ ਪੈਂਦੇ ਹੈ। ਪਰਮਾਤਮਾ ਐਸੀ ਸ਼ਕਤੀ ਐਸਾ ਉਹਨਾਂ ਨੂੰ ਪ੍ਰਤਾਪ ਬਖਸ਼ਿਸ਼ ਕਰ ਦਿੰਦਾ ਹੈ ਜੋ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੈ। ਮਹਾਰਾਜ ਕਹਿੰਦੇ ਸਤਰ ਦਹਿਨ ਹਰ ਨਾਮ ਕਹਿਣ, ਜਿਹੜੇ ਸ਼ਤਰੂਆਂ ਦੀ ਤਰ੍ਹਾਂ ਅੰਤਰੀਵ ਦੁਸ਼ਮਣ ਹਨ, ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ, ਜਿਹੜੇ ਪਰਮਾਤਮਾ ਦੀ ਪ੍ਰਾਪਤੀ ਵੱਲ ਮੰਜ਼ਿਲ ਦੇ ਵੱਲ ਜੀਵ ਨੂੰ ਵਧਣ ਨਹੀਂ ਦਿੰਦੇ, ਹਰ ਸਮੇਂ ਰੁਕਾਵਟਾਂ ਬਣਦੇ ਰਹਿੰਦੇ ਆ, ਐਸੇ ਮਹਾਰਾਜ ਕਹਿੰਦੇ ਜਿਹੜੇ ਦੁਸ਼ਮਣ ਹਨ, ਵਿਕਾਰਾਂ ਰੂਪੀ ਔਗੁਣਾਂ ਰੂਪੀ ਦੁਸ਼ਮਣੇ ਹੈ, ਉਹ ਦਹਿਨ ਦਗਦ ਹੋ ਜਾਂਦੇ ਹੈ ਜੋ ਪਰਮਾਤਮਾ ਦਾ ਨਾਮ ਜਪਦੇ ਹਨ। ਅਬਰ ਕਾਸ਼ ਨਾ ਪਾਓ, ਹੋਰ ਬਹੁਤਾ ਕੋਈ ਯਤਨ ਵੀ ਨਹੀਂ ਕਰਨਾ ਪੈਂਦਾ। ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਉਹਨੂੰ ਹੋਰ ਕੋਈ ਸਾਧਨ ਕਰਨੇ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਜਿੰਨੇ ਵੀ ਪ੍ਰਕਾਰ ਦੇ ਜਾਪ ਹਨ, ਜਿੰਨੇ ਵੀ ਪ੍ਰਕਾਰ ਦੇ ਤਪੱਸਿਆਵਾਂ ਹਨ, ਜਿੰਨੇ ਵੀ ਪ੍ਰਕਾਰ ਦੇ ਕਰਮ ਕਾਂਡ ਹਨ, ਔਰ ਜਿੰਨੇ ਵੀ ਸੰਸਾਰ ਭਰ ਦੇ ਤੀਰਥਾਂ 'ਤੇ ਇਸ਼ਨਾਨ ਕਰਨੇ ਦਾ ਮਹਾਤਮ ਹੈ, ਮਹਾਰਾਜ ਕਹਿੰਦੇ ਸਭ ਉੱਪਰ ਨਾਮ, ਸਭ ਤੋਂ ਵੱਡਾ ਅਤੇ ਉੱਪਰ ਪਰਮੇਸ਼ਰ ਦਾ ਨਾਮ ਹੈ। ਪ੍ਰਭ ਕਾ ਸਿਮਰਨ ਸਭ 'ਤੇ ਉੱਚਾ, ਪ੍ਰਭ ਕਹਿ ਸਿਮਰਨ ਉਧਰੇ ਮੂਚਾ, ਇਹ ਪਰਮੇਸ਼ਰ ਦੇ ਸਿਮਰਨ ਦੀ ਵਡਿਆਈ ਹੈ। ਅਤੇ ਹਜ਼ੂਰ ਕਹਿੰਦੇ ਉਹਨਾਂ ਨੂੰ ਹੋਰ ਕੋਈ ਸਾਧਨ ਕਰਨਾ ਹੀ ਨਹੀਂ ਪੈਂਦਾ, ਹੋਰ ਕੋਈ ਮੁਸ਼ਕਤ ਘਾਲਣੀ ਹੀ ਨਹੀਂ ਪੈਂਦੀ। ਜੋ ਪਰਮਾਤਮਾ ਦਾ ਸਿਮਰਨ ਕਰਦੇ ਆ ਉਹਨਾਂ ਦੇ ਔਗੁਣਾਂ ਰੂਪੀ ਜਿਹੜੇ ਦੁਸ਼ਮਣ ਹਨ ਆਪਣੇ ਆਪ ਹੀ ਦਗਦ ਹੋ ਜਾਂਦੇ ਹਨ। ਕਰ ਅਨੁਗ੍ਰਹ ਪ੍ਰਭੂ ਮੇਰੇ, ਜੋ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਪਿਆਰੇ ਸਾਡੇ ਮਾਲਕ ਪਰਮਾਤਮਾ ਨੇ ਜਿਨ੍ਹਾਂ 'ਤੇ ਐਸੀ ਕਿਰਪਾ ਕੀਤੀ ਹੈ। ਨਾਨਕ ਨਾਮ ਸੁਆਓ, ਹਜ਼ੂਰ ਕਹਿੰਦੇ ਹਨ ਉਹਨਾਂ ਨੂੰ ਜੀਵਨ ਦੇ ਅੰਦਰ ਕੇਵਲ ਪਰਮੇਸ਼ਰ ਦੇ ਨਾਮ ਦਾ ਹੀ ਸਵਾਰਥ ਹੈ, ਪਰਮਾਤਮਾ ਦੇ ਨਾਮ ਦੇ ਉੱਪਰ ਹੀ ਉਹਨਾਂ ਨੂੰ ਭਰੋਸਾ ਹੈ। ਜਿਨ੍ਹਾਂ 'ਤੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ
ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਨਾਮ ਦੇ ਨਾਲ ਜਿਨ੍ਹਾਂ ਨੂੰ ਜੋੜਿਆ ਹੈ। ਨਾਨਕ ਨਾਮ ਸਮਾਓ ਅਥਵਾ ਨਾਮੀ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਹੈ। ਉਹਨਾਂ ਨੇ ਵਾਹਿਗੁਰੂ ਜੀ ਦਾ ਹੀ ਸਰੂਪ ਹੋ ਜਾਣਾ ਕੀਤਾ, ਜਿਨ੍ਹਾਂ 'ਤੇ ਪਰਮਾਤਮਾ ਨੇ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜਿਆ ਹੈ। ਮਹੱਲਾ ਪੰਜਵਾ, ਤੂੰ ਸਮਰੱਥ ਸਰਨ ਕੋ ਦਾਤਾ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ, ਹੇ ਪਰਮਾਤਮਾ ਤੂੰ ਸਰਬ ਕਲਾ ਸਮਰੱਥ ਹੈ। ਹੇ ਪਰਮੇਸ਼ਰ ਜੀ, ਸ਼ਰਨ ਆਇਆਂ ਦੀ ਆਪ ਜੀ ਪਤ ਰੱਖਣ ਵਾਲੇ ਹੋ। ਇਹ ਪਰਮਾਤਮਾ ਤੂੰ ਸਰਬ ਜੀਵਾਂ ਦਾ ਸ਼੍ਰੋਮਣੀ ਦਾਤਾ ਹੈ। ਭੰਜਨ ਸੁਖ ਰਾਏ, ਦੁੱਖਾਂ ਨੂੰ ਭੰਜਨ ਵਾਲੇ ਹੋ ਅਤੇ ਸੁਖ ਜੀਵ ਨੂੰ ਬਖਸ਼ਿਸ਼ ਕਰਨ ਵਾਲੇ ਹੋ। ਸੁਖਾਂ ਦੇ ਰਾਜੇ, ਸੁਖਾਂ ਦਾ ਪ੍ਰਕਾਸ਼ ਕਰਨ ਵਾਲੇ ਹੋ। ਹੇ ਪਰਮਾਤਮਾ, ਜਿਨ੍ਹਾਂ ਨੇ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ, ਉਹਨਾਂ ਦੇ ਜੰਮਣ ਮਰਨ ਦੇ ਅਗਿਆਨ ਦੇ ਦੁੱਖ ਭੰਨ ਦਿੱਤੇ ਹੈ ਤੇ ਸੁਖ ਰਾਏ ਸੁਖਾਂ ਦਾ ਉਹਨਾਂ ਦੇ ਜੀਵਨ ਵਿੱਚ ਪ੍ਰਕਾਸ਼ ਕੀਤਾ ਹੈ। ਚਾਹੇ ਕਲੇਸ਼ ਮਿਟੇ ਭੈ ਪਰਮਾ। ਮਹਾਰਾਜ ਕਹਿੰਦੇ ਉਹਨਾਂ ਦੇ ਕਲ ਕਲੇਸ਼ ਸਭ ਪਰਮਾਤਮਾ ਆਪ ਜੀ ਨੇ ਮਿਟਾ ਦਿੱਤੇ ਹਨ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਜਿਨ੍ਹਾਂ ਨੇ ਸਿਮਰਣੇ ਯੁਗ ਪਰਮਾਤਮਾ ਦਾ ਸਿਮਰਨ ਕੀਤਾ ਹੈ, ਸਭ ਕਲੇਸ਼ ਪਰਮਾਤਮਾ ਨੇ ਉਹਨਾਂ ਨੇ ਮਿਟਾ ਦਿੱਤੇ ਹੈ। ਫਿਰ ਭੈ ਹਰ ਪ੍ਰਕਾਰ ਦਾ ਡਰ, ਹਰ ਪ੍ਰਕਾਰ ਦੇ ਭਏ ਹੋਏ ਮਤ ਤੇ ਭਰਮ ਰੂਪੀ ਪੜਦੇ ਵੀ ਪਰਮੇਸ਼ਰ ਨੇ ਦੂਰ ਕਰ ਦਿੱਤੇ ਹਨ। ਨਿਰਮਲ ਗੁਣ ਪ੍ਰਭ ਗਾਏ, ਜਿਨ੍ਹਾਂ ਨੇ ਨਿਰਮਲ ਉਜਲ ਸਰੂਪ ਪਰਮਾਤਮਾ ਦੇ ਗੁਣ ਗਾਏ ਹਨ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਦੇ ਸਾਰੇ ਡਰ ਭੈ ਭਰਮ ਦੁੱਖ ਪਰਮਾਤਮਾ ਨੇ ਨਾਸ਼ ਕਰ ਦਿੱਤੇ ਹਨ। ਗੋਬਿੰਦ ਅਵਰ ਗੋਬਿੰਦ ਤੁਜ ਬਿਨ ਅਵਰ ਨਾ ਠਾਓ। ਹੇ ਗੋਬਿੰਦ ਮਾਲਕ ਪਰਮਾਤਮਾ ਜੀ, ਆਪ ਜੀ ਤੋਂ ਬਿਨਾਂ ਮਹਾਰਾਜ ਕਿਹੜੀ ਥਾਂ ਹੈ? ਤੁਹਾਡੇ ਸਰੂਪ ਤੋਂ ਬਿਨਾਂ ਮਹਾਰਾਜ ਕਿਹੜੀ ਥਾਂ ਜਿੱਥੇ ਜਾ ਕੇ ਅਸੀਂ ਜੰਮਣ ਤੇ ਮਰਨ ਤੋਂ ਰਹਿਤ ਹੋ ਸਕਦੇ ਹਾਂ? ਕੋਈ ਵੀ ਐਸੀ ਥਾਂ ਨਹੀਂ ਹੈ, ਕਿਉਂਕਿ ਬ੍ਰਹਮਪੁਰੀ ਮਹਿ ਸਰ ਪਰ ਮਰਨਾ। ਸਤ ਸੰਗਤ ਜੀ, ਭਾਵੇਂ ਕੋਈ ਸ਼ਿਵਪੁਰੀ ਵਿੱਚ ਚਲਾ ਜਾਵੇ, ਬ੍ਰਹਮਪੁਰੀ ਬ੍ਰਹਮਾ ਦੀ ਪੁਰੀ ਵਿੱਚ ਚਲਾ ਜਾਵੇ, ਭਾਵੇਂ ਇੰਦਰਪੁਰੀ ਵਿੱਚ ਚਲਾ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਨਾ, ਇੰਦਰਪੁਰੀ ਮਹਿ ਸਰ ਪਰ ਮਰਨਾ, ਬ੍ਰਹਮਪੁਰੀ ਨਿਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬਿਤਾਲਾ। ਇਹ ਸਾਧ ਸੰਗਤ ਭਾਵੇਂ ਕਿਸੇ ਵੀ ਦੇਵੀ ਦੈਵੀ ਸ਼ਕਤੀ ਦੀ ਪੁਰੀ ਵਿੱਚ ਜਾ ਕੇ ਨਿਵਾਸ ਕਰ ਲੈਂਦਾ ਹੈ, ਪਰ ਕਦੇ ਕਾਲ ਤੋਂ ਨਹੀਂ ਵੱਧ ਸਕਦਾ। ਜਿੰਨਾ ਚਿਰ ਪਰਮਾਤਮਾ ਦੀ ਸਰੂਪ ਰੂਪੀ ਘਰ ਦੀ ਪ੍ਰਾਪਤੀ ਨਹੀਂ ਕਰਦਾ, ਉਹਨਾਂ ਚਿਰ ਜ਼ਰੂਰ ਪਰ ਜ਼ਰੂਰ ਕਾਲ ਦੇ ਅਧੀਨ ਹੋਣਾ ਪੈਂਦਾ ਹੈ। ਪਰਮਾਤਮਾ ਦਾ ਸਰੂਪ ਹੈ ਜੋ ਅਕਾਲ ਸਰੂਪ ਹੈ, ਤੇ ਹਜ਼ੂਰ ਕਹਿੰਦੇ ਤੁਝ ਬਿਨ ਅਵਰ ਨਾ ਠਾਓ। ਇਹ ਪਰਮਾਤਮਾ, ਆਪ ਜੀ ਤੋਂ ਬਿਨਾਂ ਸਾਨੂੰ ਕਿੱਥੇ ਜਾ ਕੇ ਠਾਹਰ ਮਿਲਣ ਵਾਲੀ ਹੈ? ਮਹਾਰਾਜ ਕੋਈ ਥਾਂ ਨਹੀਂ ਤੁਹਾਡੇ ਤੋਂ ਬਿਨਾਂ ਜਿੱਥੇ ਜਾ ਕੇ ਮਹਾਰਾਜ ਸਾਡੇ ਔਗੁਣ ਬਖਸ਼ੇ ਜਾਣ, ਸਾਡੇ ਗੁਨਾਹ ਬਖਸ਼ੇ ਜਾਣ। ਤੁਹਾਡੇ ਤੋਂ ਬਿਨਾਂ ਮਹਾਰਾਜ ਕਿੱਥੇ ਹੈ? ਇਸ ਲਈ ਮਹਾਰਾਜ ਆਪ ਜੀ ਦੀ ਸ਼ਰਨ ਅਸੀਂ ਧਾਰਨ ਕੀਤੀ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਭਰਿਓ ਤਉ ਦੁਆਰੀ। ਹੋਰ ਕਿਸੇ ਵੀ ਦਰ ਤੇ ਠਾਹਰ ਨਹੀਂ ਮਿਲੀ ਮਹਾਰਾਜ,
ਹੁਣ ਥੱਕ ਹਾਰ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਕਿਰਪਾ ਪਾਰ ਬ੍ਰਹਮ ਸੁਆਮੀ, ਹੇ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਸਰੂਪ ਪਰਮੇਸ਼ਰ, ਸਾਡੇ ਤੇ ਕਿਰਪਾ ਕਰੋ। ਜਪੀ ਤੁਮਾਰਾ ਨਾਉ, ਮਹਾਰਾਜ ਤੁਹਾਡਾ ਨਾਮ ਜਪਣਾ ਕਰੀਏ, ਤੁਹਾਡਾ ਨਾਮ ਮਹਾਰਾਜ ਅਸੀਂ ਜਪਦੇ ਰਹੀਏ। ਹੇ ਮਾਲਕ ਸਤਿਗੁਰੂ ਜੀ, ਐਸੀ ਕਿਰਪਾ ਕਰ ਦੇਵੋ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਸਤਿਗੁਰ ਸੇਵ ਲੱਗੇ ਹਰ ਚਰਨੀ। ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ ਨਾ, ਉਹ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਗਏ ਹਨ। ਜਿਨ੍ਹਾਂ ਨੇ ਗੁਰੂ ਕਾ ਬਚਨ ਮੰਨਣ ਰੂਪ ਸੇਵਾ ਕੀਤੀ ਹੈ, ਉਹ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋ ਗਏ ਹਨ। ਕਿਉਂਕਿ ਸਤਿਗੁਰੂ ਜੀ ਦਾ ਬਚਨ ਜੋ ਸਤ ਕਰਕੇ ਜੀਵਨ ਦੇ ਵਿੱਚ ਮੰਨਦਾ ਹੈ, ਉਹ ਹੀ ਸਤ ਸੰਗਤ ਜੀ ਉਹਦੀ ਕੀਤੀ ਹੋਈ ਸੇਵਾ, ਘਾਲੀ ਹੋ ਘਾਲਣਾ, ਜਪਿਆ ਹੋਇਆ ਨਾਮ, ਪੜ੍ਹੀ ਹੋਈ ਗੁਰਬਾਣੀ ਸਫਲੀ ਹੁੰਦੀ ਹੈ, ਜੋ ਮਹਾਰਾਜ ਜੀ ਦਾ ਬਚਨ ਸਤ ਕਰਕੇ ਮੰਨਦਾ ਹੈ। ਪਰ ਆਪਣੇ ਭਾਣੇ ਜੋ ਚੱਲਦਾ ਭਾਈ, ਵਿਛੜ ਚੋਟਾਂ ਖਾਵੇ, ਉਹ ਫਿਰ ਜਮਾਂ ਦੀਆਂ ਚੋਟਾਂ ਖਾਂਦਾ ਰਹਿੰਦਾ। ਜਿਹੜਾ ਗਰੀਬਨ ਵਾਜ ਸਤਿਗੁਰੂ ਜੀ ਦਾ ਬਚਨ ਸਤ ਕਰਕੇ ਨਹੀਂ ਮੰਨਦਾ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਜਿਨ੍ਹਾਂ ਨੇ ਗਰੀਬਨ ਵਾਜ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ ਨਾ, ਗੁਰੂ ਕਾ ਬਚਨ ਸਤ ਕਰਕੇ ਜੀਵਨ ਦੇ ਵਿੱਚ ਕਮਾਇਆ, ਉਹ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਹਨ। ਉਹਨਾਂ ਦੇ ਵੱਡੇ ਭਾਗਾਂ ਕਰਕੇ ਚਿਤ ਬਿਰਤੀ ਉਹਨਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿੱਚ ਲੱਗ ਗਈ ਹੈ। ਵੱਡਾ ਭਾਗ ਉਹਨਾਂ ਦਾ ਵਟੱਪਣ ਭੱਜ ਗਿਆ, ਹੰਕਾਰ ਤੋਂ ਰਹਿਤ ਹੋ ਗਏ, ਇਸ ਲਈ ਉਹਨਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਕਬਲ ਪ੍ਰਗਾਸ ਭਏ ਸਾਧ ਸੰਗੇ, ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੀ ਸਾਧ ਸੰਗਤ ਵਿੱਚ ਜੁੜਨਾ ਕੀਤਾ, ਉਹਨਾਂ ਦਾ ਮਨ ਕਬਲ ਦੀ ਤਰ੍ਹਾਂ ਸਾਧ ਸੰਗਤ ਜੀ ਖਿੜ ਗਿਆ ਹੈ। ਕਮਲ ਦੀਆਂ ਜਿਵੇਂ ਪੰਖੜੀਆਂ ਖਿੜਦੀਆਂ ਨੇ, ਇਸ ਪ੍ਰਕਾਰ ਉਹਨਾਂ ਗੁਰਮੁਖਾਂ ਦਾ ਹਿਰਦਾ ਸ਼ੁਭ ਗੁਣਾਂ ਰੂਪੀ ਪੰਖੜੀਆਂ ਸਹਿਤ ਖਿੜ ਜਾਣਾ ਕੀਤਾ। ਹਿਰਦੇ ਅੰਦਰ ਪਰਮਾਤਮਾ ਨੇ ਐਸਾ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਮਤ ਬੁੱਧ ਤਿਆਗੀ, ਉਹਨਾਂ ਨੇ ਖੋਟੀ ਮਤ ਵਾਲੀ ਬੁੱਧ ਨੂੰ ਤਿਆਗ ਦਿੱਤਾ ਹੈ। ਜਿੰਨੀ ਦੇਰ ਤੱਕ ਮਨੁੱਖ ਖੋਟੀ ਮਤ ਦਾ ਤਿਆਗ ਨਹੀਂ ਕਰਦਾ ਅਤੇ ਗੁਰਮਤ ਨੂੰ ਧਾਰਨ ਨਹੀਂ ਕਰਦਾ, ਸਾਧ ਸੰਗਤ ਜੀ ਓਨੀ ਦੇਰ ਤੱਕ ਕਦੇ ਪਰਮਾਤਮਾ ਦਾ ਨਾਮ ਇੱਕ ਚਿੱਤ ਹੋ ਕਰਕੇ ਜਪ ਨਹੀਂ ਸਕਦਾ। ਕਿਉਂਕਿ ਮਨ ਮਤਾਂ ਦਾ ਤਿਆਗ ਕਰਨਾ ਪੈਂਦਾ ਹੈ ਗੁਰਮਤ ਨੂੰ ਧਾਰਨ ਕਰਨ ਦੇ ਵਾਸਤੇ। ਤੇ ਜਿਨ੍ਹਾਂ ਗੁਰਮੁਖਾਂ ਨੇ ਮਹਾਰਾਜ ਜੀ ਦੀ ਗੁਰਮਤ ਨੂੰ ਧਾਰਨ ਕੀਤਾ ਹੈ, ਸਤਿਗੁਰੂ ਜੀ ਦੇ ਕੋਲੋਂ ਚੰਗੀ ਆਤਮ ਛੈਣੀ ਬੁੱਧ ਪ੍ਰਾਪਤ ਕੀਤੀ ਹੈ, ਉਹ ਸੁਤੇ ਸਿੱਧ ਹੀ ਉਹਨਾਂ ਦਾ ਚਿੱਤ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ। ਪਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਧਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਹੇ ਮਨਾ, ਕਿੱਥੋਂ ਖੋਟੀ ਮਤ ਧਾਰਨ ਕਰ ਲਈ ਹੈ, ਜਿਸ ਕਰਕੇ ਪਰਾਏ ਰੂਪਾਂ ਨੂੰ ਤੱਕਣ ਵਿੱਚ ਲੱਗਾ ਰਹਿੰਦਾ, ਪਰਾਈ ਨਿੰਦਿਆ, ਇਸ ਪ੍ਰਕਾਰ ਸੰਸਾਰ ਦੇ ਬੁਰੇ ਕਰਮਾਂ ਦੇ ਵਿੱਚ ਹੀ ਜ਼ਿੰਦਗੀ ਭਰ ਲੱਗਾ ਰਹਿੰਦਾ, ਕਿੱਥੋਂ ਖੋਟੀ ਮਤ ਧਾਰਨ ਕੀਤੀ ਹੈ। ਜਿਨ੍ਹਾਂ ਨੇ ਇਸ ਦੁਰਮਤ ਦਾ ਤਿਆਗ ਕਰ ਦਿੱਤਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦਾ ਹਿਰਦਾ ਜਿਹੜਾ ਹੈ ਨਾ, ਕਮਲ ਦੀ ਤਰ੍ਹਾਂ ਖਿੜ ਗਿਆ।
ਹਿਰਦੇ ਅੰਦਰ ਵਾਹਿਗੁਰੂ ਨੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਆਠ ਪਹਿਰ ਹਰ ਕੇ ਗੁਣ ਗਾਵੇ, ਉਹ ਗੁਰਮੁਖ ਪਿਆਰੇ ਅੱਠੇ ਪਹਿਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਨ। ਸਿਮਰੈ ਦੀਨ ਦਇਆਲਾ, ਤੇ ਸਿਮਰਨ ਵੀ ਅਕਾਲ ਪੁਰਖ ਪਰਮਾਤਮਾ ਦਾ ਕਰਦੇ, ਜਿਹੜਾ ਦੀਨਾ ਬੰਧੂ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਦਇਆ ਦਾ ਘਰ ਹੈ। ਆਪ ਤਰੈ ਸੰਗਤ ਸਭ ਉਦਰੈ, ਐਸੇ ਗੁਰਮੁਖ ਪਿਆਰੇ ਆਪ ਤਾਂ ਤਰਦੇ ਹਨ ਸੰਸਾਰ ਸਾਗਰ ਤੋਂ, ਤੇ ਉਹਨਾਂ ਦੀ ਸੰਗਤ ਕਰਨ ਵਾਲਿਆਂ ਦਾ ਵੀ ਉਧਾਰ ਹੋ ਜਾਂਦਾ। ਆਪ ਤਰੇ ਧਾਰੇਨ ਸਿਰਠਾ, ਉਹ ਸ੍ਰਿਸ਼ਟੀ ਨੂੰ ਵੀ ਧਾਰਨ ਦੀ ਸਮਰੱਥ ਹੋ ਜਾਂਦੇ ਹੈ, ਜਿਹੜੇ ਗੁਰਮੁਖ ਪਿਆਰੇ ਆਪ ਭਵ ਸਾਗਰ ਤੋਂ ਤਰ ਜਾਂਦੇ ਹਨ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਨੇ ਭਵ ਸਾਗਰ ਤੋਂ ਉਧਾਰ ਕਰ ਲਿਆ, ਆਪਣੇ ਜੀਵਨ ਨੂੰ ਉਧਾਰ ਲਿਆ ਹੈ, ਲੋਕ ਪਰਲੋਕ ਸਫਲਾ ਬਣਾ ਲਿਆ, ਜਿਨ੍ਹਾਂ ਨੇ ਸਫਲ ਜੀਵਨ ਵਾਲਿਆਂ ਦੀ ਸੰਗਤ ਕਰ ਲਈ ਹੈ। ਉਹਨਾਂ ਦੇ ਜੀਵਨ ਦੇ ਸਾਰੇ ਪੈਣ ਵਾਲੀ ਜ਼ਿੰਦਗੀ ਦੇ ਜੰਜਾਲ ਬਿਨਸ਼ ਗਏ, ਨਾਸ਼ ਹੋ ਗਏ ਹਨ। ਜਿਨ੍ਹਾਂ ਜੰਜਾਲਾਂ ਦੇ ਵੀ ਜਕੜਿਆ ਹੋਇਆ ਕਦੇ ਪਰਮਾਰਥ ਦੇ ਰਸਤੇ ਤੇ ਚੱਲ ਨਹੀਂ ਸਕਦਾ ਸੀ, ਪਰਮਾਤਮਾ ਨੇ ਸਭ ਉਹਨਾਂ ਦੇ ਜੰਜਾਲ, ਸਰੀਰਾਂ ਦੇ ਮੋਹ, ਪਦਾਰਥਾਂ ਦੀ ਮੇਰ ਤੇਰ ਦੇ ਮਮਤਾ ਦੇ ਪੈਣ ਵਾਲੇ ਜੰਜਾਲ ਸਭ ਨਾਸ਼ ਕਰ ਦਿੱਤੇ ਹਨ। ਚਰਨ ਆਧਾਰ ਤੇਰਾ ਪ੍ਰਭ ਸੁਆਮੀ, ਹੇ ਅਕਾਲ ਪੁਰਖ ਪਰਮਾਤਮਾ ਜੀ, ਤੁਹਾਡੇ ਨਾਮ ਰੂਪ ਚਰਨਾਂ ਦਾ ਸਾਨੂੰ ਆਸਰਾ ਹੈ। ਹੇ ਮੇਰੇ ਮਾਲਕ ਪਰਮਾਤਮਾ ਜੀ, ਪੋਤ ਪੋਤ ਪ੍ਰਭ ਸਾਥ, ਕਿਉਂਕਿ ਪਰਮਾਤਮਾ ਤੂੰ ਤਾਣੇ ਪੇਟੇ ਦੀ ਤਰ੍ਹਾਂ ਓਤ ਪੋਤ ਸਭ ਦੇ ਸਾਥ ਸੰਗੀ ਸਾਥੀ ਬਣ ਕੇ ਨਾਲ ਨਿਭਣ ਵਾਲਾ, ਸਭ ਜੀਵਾਂ ਦੇ ਅੰਦਰ ਪਰਮੇਸ਼ਰ ਤੂੰ ਵਰਤ ਰਿਹਾ ਹੈ, ਸਭ ਘਟਾ ਘਟਾ ਵਿੱਚ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ, ਤੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰੂਪ ਚਰਨਾਂ ਦਾ ਆਸਰਾ ਲਿਆ, ਪਰਮਾਤਮਾ ਤਾਣੇ ਪੇਟੀ ਦੀ ਤਰ੍ਹਾਂ ਉਹਨਾਂ ਦੇ ਨਾਲ ਨਿਭਦਾ। ਵਾਹਿਗੁਰੂ ਆਪ ਸਦਾ ਉਹਨਾਂ ਦੇ ਅੰਗ ਸੰਗ ਹੋ ਕਰਕੇ ਰੱਖਿਆ ਕਰਨ ਵਾਲਾ ਹੈ। ਸਰਨ ਪਰਿਓ ਨਾਨਕ ਪ੍ਰਭ ਤੁਮਰੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਹੇ ਪਰਮਾਤਮਾ ਜੀ, ਆਪ ਜੀ ਦੀ ਸ਼ਰਨ ਵਿੱਚ ਅਸੀਂ ਪਏ ਹਾਂ। ਮਹਾਰਾਜ ਮਨ ਬਾਣੀ ਸਰੀਰ ਕਰਕੇ ਤੁਹਾਡੀ ਸ਼ਰਨ ਧਾਰਨ ਕਰਨ ਲਈ ਹੈ। ਰਾਖਿਓ ਹਰ ਹਾਥ, ਹੇ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਜੀ, ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਸਾਡੀ ਮਹਾਰਾਜ ਰੱਖਿਆ ਕਰ ਲਓ, ਸਾਨੂੰ ਆਪਣੇ ਚਰਨਾਂ ਵਿੱਚ ਰੱਖ ਲਓ, ਸਾਡੀ ਚਿਤ ਬਿਰਤੀ ਨੂੰ ਆਪਣੇ ਚਰਨਾਂ ਵਿੱਚ ਜੋੜ ਕਰਕੇ ਰੱਖੋ, ਕਿਉਂਕਿ ਤੁਹਾਡੀ ਸ਼ਰਨ ਅਸੀਂ ਗ੍ਰਹਿਣ ਕੀਤੀ ਹੈ। ਮਹਾਰਾਜ ਆਪ ਕਿਰਪਾ ਕਰਕੇ ਰੱਖ ਲਓਗੇ ਨਾ ਸਾਨੂੰ ਔਗੁਣਾਂ ਤੋਂ, ਪਾਪ ਕਰਮਾਂ ਤੋਂ, ਤਾਂ ਹੀ ਮਹਾਰਾਜ ਅਸੀਂ ਸੁਚੇਤ ਹੋ ਕਰਕੇ ਜੀਵਨ ਨਿਰਬਾਹ ਕਰ ਸਕਦੇ ਹਾਂ। ਜੇ ਆਪ ਕਿਰਪਾ ਕਰਕੇ ਸੋਝੀ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਪਿਆਰੀ ਸਤਸੰਗਤ ਦੇ ਵਿੱਚ ਸਾਨੂੰ ਜੋੜ ਕੇ ਰੱਖ ਲਓ, ਤਾਂ ਹੀ ਮਹਾਰਾਜ ਅਸੀਂ ਬੁਰੇ ਕਰਮਾਂ ਤੋਂ, ਔਗੁਣਾਂ ਤੋਂ ਬਚ ਸਕਦੇ ਹਾਂ। ਰੱਖੇ ਰੱਖਣ ਹਾਰ ਆਪ ਉਬਾਰੇਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰੇਅਨ। ਸਤ ਸੰਗਤ ਜੀ, ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ, ਵਾਹਿਗੁਰੂ ਜਿਨ੍ਹਾਂ ਦੀ ਰੱਖਿਆ ਕਰਨੀ ਚਾਹੁੰਦਾ ਉਹਨਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦਿੰਦਾ ਹੈ। ਉਹ ਗੁਰਮੁਖ ਪਿਆਰੇ ਗੁਰੂ ਵਾਲੇ ਬਣ ਕੇ ਸਤਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਲੋਕ ਅਤੇ ਪਰਲੋਕ ਸਵਾਰ ਲੈਂਦੇ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
ਐਸੀ ਜੀਵਨ ਦੇ ਅੰਦਰ ਉਹਨਾਂ ਨੂੰ ਵਾਹਿਗੁਰੂ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਮਹਾਰਾਜ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। ਆਠ ਪਹਿਰ ਹਰ ਕੇ ਗੁਣ ਗਾਵੇ, ਸਿਮਰੈ ਦੀਨ ਦਇਆਲਾ, ਆਪ ਤਰੈ ਸੰਗਤ ਸਭ ਉਦਰੈ, ਬਿਨਸੇ ਸਗਲ ਜੰਜਾਲਾ। ਚਰਨ ਆਧਾਰ ਤੇਰਾ ਪ੍ਰਭ ਸੁਆਮੀ, ਓਤ ਪ੍ਰੋਤ ਪ੍ਰਭ ਸਾਥ, ਸਰਨ ਪਰਿਓ ਨਾਨਕ ਪ੍ਰਭ ਤੁਮਰੀ, ਦੇ ਰਾਖਿਓ ਹਰ ਹਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।